ਜਸ ਪੰਜਾਬੀ ਦੇਖ ਰਹੇ ਹੋ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਆ ਫਾਈਨਲੀ ਮੌਕਾ ਮਿਲ ਲਿਆ ਕਿੰਨੇ ਦਿਨਾਂ ਬਾਅਦ ਤੁਹਾਡੇ ਨਾਲ ਲਾਈਵ ਜੁੜਨ ਦਾ ਐਂਡ ਆਈ ਐਮ ਸੋ ਐਕਸਾਈਟਿਡ ਬਿਕੋਜ਼ ਮੇ ਚੰਨੀ ਅੱਜ ਤੁਹਾਡੀ ਮੈਂ ਗੱਲ ਸੁਣਾ ਤੁਹਾਡੀ ਗੱਲ ਰੱਖਾਂ ਜੋ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤੁਸੀਂ ਅੱਜ ਕਾਲ ਕਰਕੇ ਰੱਖ ਸਕਦੇ ਹੋ ਭਾਵੇਂ ਉਹ ਆ ਪਿਛਲੇ ਕੁਝ ਐਪੀਸੋਡਸ ਦੇ ਬਾਰੇ ਤੁਸੀਂ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ ਸਾਨੂੰ ਜਿਸ ਤਰ੍ਹਾਂ ਕੱਲ ਦਵਿੰਦਰ ਸ਼ਰਮਾ ਜੀ ਦਾ ਐਪੀਸੋਡ ਸੀਗਾ ਮੈਨੂੰ ਤੁਸੀਂ ਬਹੁਤ ਤੁਹਾਡੀ ਈਮੇਲਾਂ ਆਈਆਂ ਤੁਹਾਡੇ ਕਮੈਂਟਸ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲੇ ਤੁਸੀਂ ਮੈਨੂੰ ਪਰਸਨਲੀ ਮੈਸੇजेस ਕੀਤੇ ਸੋ ਆਈ ਥੋਟ ਯੂ نو ਵਟ ਅੱਜ ਲਾਈਵ ਪ੍ਰੋਗਰਾਮ ਕਰਦੇ ਹਾਂ ਤਾਂ ਤੁਸੀਂ ਸਾਰਿਆਂ ਨਾਲ ਆਪਣੇ ਥਾਟਸ ਆਪਣੇ ਵਿਊਜ਼ ਕਮੈਂਟਸ ਸਾਂਝੇ ਕਰ ਸਕੋ ਆਮ ਐਂਡ ਆਈ ਹੈਵ ਸਮ ਅਦਰ ਥਿੰਗਸ ਜੋ ਮੈਂ ਤੁਹਾਨੂੰ ਡਿਸਕਸ ਕਰਨਾ ਚਾਹੁੰਦੀ ਆ ਆਉਣ ਵਾਲੇ ਐਪੀਸੋਡਸ ਬਾਰੇ ਆਮ ਜੋ ਜਿੱਥੇ ਨਹੀਂ ਲਾਈਵ ਹੋਣਗੇ ਉਹਨਾਂ ਦੀ ਜਾਣਕਾਰੀ ਤੁਹਾਨੂੰ ਦੇ ਕੇ ਤੁਹਾਡੇ ਕੁਐਸਚਨਸ ਕਮੈਂਟਸ ਮੈਂ ਹੁਣੇ ਲੈਣਾ ਚਾਹੁੰਦੀ ਆ ਆਮ ਤਾਂ ਕਿ ਤੁਸੀਂ ਵੀ ਹਿੱਸਾ ਵਨ ਸਕੋ ਐਂਡ ਯੂ نو ਵਾਂਸ ਅਗੇਨ ਆਮ ਇਹ ਪ੍ਰੋਗਰਾਮ ਆਫਕੋਰਸ ਮੈਨੂੰ ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਲਾਈਵ ਜੁੜ ਕੇ ਬਟ ਕਦੀ ਕਬਾਰ ਗੈਸਟਸ ਖਾਸ ਕਰਕੇ ਜਦੋਂ ਸਾਡੇ ਗੈਸਟ ਇੰਡੀਆ ਤੋਂ ਜੁੜਦੇ ਆ ਸਾਡੇ ਨਾਲ ਸਾਨੂੰ ਉਹ ਲਿਬਰਟੀ ਨਹੀਂ ਹੁੰਦੀ ਕਿ ਆਪਾਂ ਉਹਨਾਂ ਨੂੰ ਲਾਈਵ ਲੈ ਕੇ ਆਈਏ ਬਿਕੋਜ਼ ਇੰਡੀਆ ਬਹੁਤ अर्ਲੀ ਪੈ ਜਾਂਦਾ ਹੈ ਇਹ ਟਾਈਮ ਕਈ ਗੈਸਟਸ ਲਈ ਸੋ ਇਨ ਐਨੀ ਕੇਸ ਅੱਜ ਤੁਹਾਡੇ ਨਾਲ ਲਾਈਵ ਜੁੜਿਆ ਜ਼ਰੂਰ ਤੁਸੀਂ ਕਾਲ ਕਰੋ ਮੈਂ ਤੁਹਾਨੂੰ ਕੱਲ ਦੇ ਬਹੁਤ ਹੀ ਸਪੈਸ਼ਲ ਐਪੀਸੋਡ ਬਾਰੇ ਜਾਣਕਾਰੀ ਦਵਾਂਗੀ ਅਮ ਐਂਡ ਜੋ ਆਪਣਾ ਯੈਸਟਰਡੇ ਦਾ ਐਪੀਸੋਡ ਸੀਗਾ ਵਾਂਸ ਅਗੇਂ ਦਿਵਿੰਦਰ ਸ਼ਰਮਾ ਜੀ ਦਾ ਉਹਦੇ ਬਾਰੇ ਤੁਸੀਂ ਕੋਈ ਅਮ ਕਮੈਂਟਸ ਦੇਣੀ ਹੈ ਜ਼ਰੂਰ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਸੋ ਅਮ ਅੱਜ ਮੇਰਾ ਕੋਈ टॉपिक ਨਹੀਂ ਹੈ ਕੋਈ ਮੇਨ ਟਾਪਿਕ ਨਹੀਂ ਹੈ ਨਾ ਮੈਂ ਕੋਈ ਗੈਸਟ ਲੈ ਕੇ ਆਈਆਂ which once again you know ਅੱਜ ਅੱਜ ਦਾ ਮੁੱਦਾ ਤੁਹਾਡਾ ਮੁੱਦਾ ਮੁੱਦਾ ਹੈ um so जरूर feel free to join in the conversation ਸ਼ੁਰੂ ਕਰਦੇ ਹਾਂ ਪ੍ਰੋਗਰਾਮ ਕੁਝ ਹੈਡਲਾਈਨਸ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਯੂਨਾਈਟਿਡ ਸਟੇਟਸ ਦੇ ਵਿੱਚ ਇੱਕ ਬਹੁਤ ਹੀ ਮੈਂ ਕਹਾਂਗੀ this is a very good ਬਹੁਤ ਪੋਜ਼ਿਟਿਵ ਡਿਵੈਲਪਮੈਂਟ ਚੰਗੀ ਚੀਜ਼ ਕੀਤੀ ਹੈ ਯੂਨਾਈਟਿਡ ਸਟੇਟਸ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਅੱਜ ਉਹਨਾਂ ਨੇ ਅਨਾਉਂਸ ਕੀਤਾ ਆਮ ਕਿ ਉਹ ਸਪੋਰਟ ਕਰਦੇ ਆ ਆਪਣੀ ਤਰਫੋਂ ਕਿ ਜੋ ਵੈਕਸੀਨਸ ਹਨ ਆਮ ਉਹਨਾਂ ਦੀ ਜੋ ਤੁਸੀਂ ਕਹਿ ਲੋ ਫਾਰਮੂਲਾ ਹੈਗਾ ਰੈਸিপি ਹੈ ਉਹ ਜੋ ਇੰਟੈਲੈਕਚੁਅਲ ਪ੍ਰੋਪਰਟੀ ਹੈਗੀ ਉਹਨੂੰ ਟੈਂਪੋਰਰੀਲੀ ਸ਼ੇਅਰ ਕੀਤਾ ਜਾਏ ਹੋਰ ਕੰਟਰੀਜ਼ ਦੇ ਨਾਲ ਖਾਸ ਕਰਕੇ ਇੰਡੀਆ ਵਾਂਗੂ ਕੰਟਰੀਜ਼ ਜਿਸ ਨਾਲ ਤੁਸੀਂ ਇਹ ਹੈਡਲਾਈਨ ਵੇਖ ਸਕਦੇ ਹੋ ਪ੍ਰੈਜ਼ੀਡੈਂਟ ਬਾਈਡਨ ਬੈਕਸ Um, sharing the uh, the recipe, he, he backs suspending the patents. Um, patents, matlab jo intellectual property, the rights on in companies they uh, Joe Biden ne hai, ki temporarily, un patents nu suspend kita as a measure of global uh, health concerns, right? Ke e jo ਆਊਟ ਬ੍ਰੇਕ ਖਾਸ ਕਰਕੇ ਇੰਡੀਆ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਇਹ ਇੰਨੀ ਸੀਰੀਅਸ ਹੈ ਐਂਡ ਇਹ ਨਾ ਕਿ ਸਿਰਫ ਇੰਡੀਅਨਸ ਨੂੰ ਅਫੈਕਟ ਕਰ ਰਹੀ ਹੈ ਆਮ ਇਹ ਵੀ ਹੋ ਸਕਦਾ ਹੈ ਕਿ ਉਹ ਚੀਜ਼ ਇੱਥੇ ਵੀ ਪਹੁੰਚੇ ਰਾਈਟ ਸੋ ਜਸਟ ਬਿਕੋਜ਼ ਇਸ ਕੰਟਰੀ ਦੇ ਵਿੱਚ ਤੁਹਾਡੀ ਵੈਕਸੀਨਸ ਲੱਗ ਚੁੱਕੀਆਂ ਹਨ ਆਮ ਤੁਹਾਡੇ ਬਿਜ਼ਨੈਸਸ ਖੁੱਲ ਰਹੇ ਹੈ ਯੂ نو ਇਕਨੋਮੀ ਰੀਬਾਉਂਡ ਕਰ ਰਹੀ ਹੈ ਦਾ ਇਹ ਮਤਲਬ ਨਹੀਂ ਕਿ ਜਿਸ ਤੇਜ਼ੀ ਨਾਲ ਤੇ ਜਿਸ ਇਨਫੈਕਸ਼ੀਅਸ ਤਰੀਕੇ ਦੇ ਨਾਲ ਇਹ ਮਹਾਮਾਰੀ ਫੈਲ ਰਹੀ ਹੈ ਕਿ ਕੱਲ ਕੋਈ ਇਹਦਾ ਹੋਰ ਵੇਰੀਐਂਟ ਕੋਈ ਹੋਰ ਵਰਜ਼ਨ ਇਹਦਾ ਕੋਈ ਹੋਰ ਰੂਪ ਇੱਥੇ ਨਾ ਪਹੁੰਚੇ ਐਂਡ ਜੋ ਸਾਡੀ ਵੈਕਸੀਨਸ ਹਨ ਉਹਨਾਂ ਦਾ ਵੀ ਮੁਕਾਬਲਾ ਕਰ ਸਕੇ ਆ ਸੋ ਇਹ ਮੈਂ ਕਵਾਂਗੀ ਬਹੁਤ ਇੰਪੋਰਟੈਂਟ ਤੇ ਬਹੁਤ ਵਧੀਆ ਨਿਊਜ਼ ਹੈ ਇੰਟਰਸਟਿੰਗਲੀ ਇਨਾਫ ਇਸ ਨਿਊਜ਼ ਤੋਂ ਬਾਅਦ ਆਮ ਪ੍ਰੈਜ਼ੀਡੈਂਟ ਬਾਈਡਨ ਦੇ ਇਸ ਐਲਾਨ ਤੋਂ ਬਾਅਦ ਆਮ ਅਗਰ ਤੁਸੀਂ ਬਿਜ਼ਨਸ ਨਿਊਜ਼ ਮਾੜੀ ਮੋਟੀ ਫੋਲੋ ਕਰਦੇ ਹੋ ਤੁਸੀਂ ਜ਼ਰੂਰ ਵੇਖਿਆ ਹੋਣਾ ਹੈ ਕਿ ਜੋ ਇਹ ਵੈਕਸੀਨ ਕੰਪਨੀ ਸੀਗੀਆਂ ਭਾਵੇਂ ਉਹ ਫਾਈਜ਼ਰ ਹੋਏ ਮਡਰਨਾ ਹੋਏ ਆਮ ਨਾਟ ਯੈਟ ਵੀ ਆਰ ਨਾਟ देयर ਯੈਟ ਬਟ ਭਾਵੇਂ ਉਹ ਫਾਈਜ਼ਰ ਹੋਏ ਮਡਰਨਾ ਹੋਏ ਐਸਟਰਾਜ਼ੈਨਿਕਾ ਹੋਏ ਇਨ ਵੈਕਸੀਨਸ ਦੇ ਜੋ ਸਟਾਕਸ ਸੀਗੇ ਔਰ ਡ੍ਰੌਪ ਹੋਏ ਅਮ ਸੋ ਯੂ نو ਵਾਂਸ ਅਗੇਨ ਦਵਿੰਦਰ ਸ਼ਰਮਾ ਜੀ ਨੇ ਆਲੇ ਪੁਆਇੰਟ ਡਿਸਕਸ ਵੀ ਕੀਤਾ ਸੀ ਆਪਾਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਕਿ ਇਹ ਜੋ ਕੰਪਨੀਆਂ ਹੈਗੀਆਂ ਆਈ ਮੀਨ ਆਫ ਕੋਰਸ ਸਾਨੂੰ ਪਤਾ بزنس ਤੇ ਕੈਪੀਟਲਿਜ਼ਮ ਦਾ ਤਾਂ ਮਿਸ਼ਨ ਹੀ ਹੁੰਦਾ ਹੈ ਪ੍ਰੋਫਿਟਸ ਓਵਰ एवरीथिंग 埃ਲਸ ਕਿਸੇ ਵੀ ਕੀਮਤ ਤੇ ਉਹ ਆਪਣੇ ਪ੍ਰੋਫਿਟਸ ਲੱਭਦੇ ਆ ਬਟ ਅੱਜ ਦੀ ਡੇਟ ਦੇ ਵਿੱਚ ਤੁਸੀਂ ਮਿਲੀਅਨਸ ਬਿਲੀਅਨਸ ਆਫ ਲੋਕਾਂ ਦੀ ਜਾਨ ਨੂੰ ਛੱਡ ਕੇ ਆਪਣੇ ਪ੍ਰੋਫਿਟਸ ਲੱਭ ਰਹੇ ਹੋ ਐਂਡ ਉਹ ਚੀਜ਼ ਸਟਾਕ ਮਾਰਕੀਟਸ ਨੇ ਵੀ ਅੱਜ ਇੰਡੀਕੇਟ ਕੀਤੀ ਕਿ ਕਿਸ ਤਰ੍ਹਾਂ ਜਦੋਂ ਹੀ ਪ੍ਰੈਜ਼ੀਡੈਂਟ ਬਾਈਡਨ ਦੀ ਇਹ ਅਨਾਉਂਸਮੈਂਟ ਆਈ ਇਨ ਤਿੰਨ ਵੈਕਸੀਨ ਕੰਪਨੀਆਂ ਦੇ ਸਟਾਕਸ ਜਿੱਦਾਂ ਇੱਥੇ 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 ਜਾ ਰਹੇ ਸੀ ਠਾ ਡਿੱਗ ਪਏ ਸੋ ਯੂ نو ਇੰਟਰਸਟਿੰਗ ਸਟਫ ਲੈਟਸ ਸੀ ਆਈ ਮੀਨ Personal, uh, on a personal level, uh, you know, Pameo um, companies goe vijhon. There is some moral obligation, jo unanu maintain karni chahi ki tu profits zarur chase karo, but not at the cost of millions and billions of people's lives. Ovi jado tanueni pata ki tu si ek deshu khatrech pare ho ya puri dunya nu khatrech pare ho with this kind of stuff. ਇਨ ਐਨੀ ਕੇਸ ਵਾਂਸ ਅਗੇਨ ਮੂਵਿੰਗ ਔਨ ਯੂਨਾਈਟਿਡ ਸਟੇਟਸ ਦੇ ਵਿੱਚ ਅੱਜ ਬਹੁਤ ਵੱਡਾ ਇੱਕ ਲੀਗਲ ਆਰਡਰ ਦਿੱਤਾ ਗਿਆ ਅ ਇਸ ਚੀਜ਼ ਦੇ ਨਾਲ ਤੁਹਾਨੂੰ ਸ਼ਾਇਦ ਇੰਪੈਕਟ ਹੋ ਸਕਦਾ ਹੈ ਅਗਰ ਤੁਸੀਂ ਸਾਨੂੰ ਵੇਖ ਰਹੇ ਹੋ ਐਂਡ ਤੁਸੀਂ ਕਿਸੇ ਵੀ ਕਿਸਮ ਦੇ ਲੈਂਡਲੋਰਡ ਆਮ ਯਾ ਰੈਂਟਲ ਪ੍ਰੋਪਰਟੀ ਵਾਲੀ ਸਾਈਡ ਜੁੜੇ ਹੋਏ ਅੱਜ ਇੱਕ ਜੱਜ ਨੇ ਆਮ ਇਹ ਆਰਡਰ ਦਿੱਤਾ ਕਿ ਜੋ ਯੂਨਾਈਟਿਡ ਸਟੇਟਸ ਦੇ ਵਿੱਚ ਆਮ ਮੋਰਟੋਰੀਅਮ ਲੱਗਿਆ ਹੋਇਆ ਸੀ ਰੋਕ ਲੱਗੀ ਸੀ ਯੂਐਸ ਦੇ ਵਿੱਚ ਕਿ ਲੋਕਾਂ ਨੂੰ ਇਵਿਕਟ ਨਹੀਂ ਕੀਤਾ ਜਾਊਗਾ ਫੋਰਸਫੁਲੀ ਆਪਣੇ ਜੋ ਟੈਨੈਂਟਸ ਹਨ ਤੁਸੀਂ ਉਹਨਾਂ ਨੂੰ ਨਹੀਂ ਕੱਢ ਸਕਦੇ ਆਮ ਉਹ ਮੋਰਟੋਰੀਅਮ ਉਸ ਰੋਕ ਨੂੰ ਉਹ ਰੋਕ ਐਕਸਪਾਇਰ ਹੋ ਰਹੀ ਹੈ ਜੂਨ ਦੇ ਐਂਡ ਦੇ ਵਿੱਚ ਤੇ ਅੱਜ ਇੱਕ ਜੱਜ ਨੇ ਆਰਡਰ ਦਿੱਤਾ ਕਿ ਉਸ ਰੋਕ ਨੂੰ ਐਕਸਟੈਂਡ ਕਰਨ ਦਾ ਹੱਕ ਸੀਡੀਸੀ ਕੋਲ ਨਹੀਂ ਆ ਸੋ ਯੂ نو ਇਟ ਸੀਮਸ ਅ ਲਿਟਲ ਕੰਪਲਿਕੇਟਿਡ ਬਟ ਪ੍ਰੀਟੀ ਸਿੰਪਲੀ ਜੱਜ ਨੇ ਇਹ ਕਿਹਾ ਕਿ ਇਹ ਜੋ ਰੋਕ ਹੈਗੀ ਇਹਨੂੰ ਸਸਪੈਂਡ ਕੀਤਾ ਜਾਏ ਕਿ ਅਗਰ ਕੋਈ ਟੈਨੈਂਟ ਆਪਣਾ ਰੈਂਟ ਨਹੀਂ ਦੇ ਰਿਹਾ ਉਹਨਾਂ ਦਾ ਲੈਂਡਲਾਰਡ ਉਹਨਾਂ ਨੂੰ ਕੱਢ ਸਕਦਾ ਹੈ ਰਾਈਟਫੁਲੀ ਆਮ ਕਿ ਹੁਣ ਇਹ ਜੋ ਕੋਵਿਡ ਦੀ ਸਹੂਲਤਾਂ ਸੀਗੀਆਂ ਗਵਰਨਮੈਂਟ ਵੱਲੋਂ ਦਿੱਤੀਆਂ ਗਈ ਸੀ ਕਿ ਕੋਵਿਡ ਕਰਕੇ ਤੁਹਾਡੀ ਅਗਰ ਫਾਈਨੈਂਸ਼ੀਅਲ ਸਿਚੁਏਸ਼ਨ ਨਹੀਂ ਵਧੀਆ ਤੁਸੀਂ ਰੈਂਟ ਨਹੀਂ ਪੇ ਕਰ ਸਕਦੇ ਤੁਹਾਡਾ ਲੈਂਡਲਾਰਡ ਤੁਹਾਨੂੰ ਇਵਿਕਟ ਨਹੀਂ ਕਰ ਸਕਦਾ ਉਸ ਕਾਰਨ ਉਹ ਚੀਜ਼ ਨੂੰ ਹੁਣ ਸਸਪੈਂਡ ਕੀਤਾ ਜਾਊਗਾ ਐਟ ਦੀ ਐਂਡ ਆਫ ਜੂਨ ਆਮ ਸੋ ਵਾਂਸ ਅਗੇਨ ਅਗਰ ਤੁਸੀਂ ਲੈਂਡਲਾਰਡ ਹੈਗੇ ਤੁਹਾਡੇ ਲਈ ਵਧੀਆ ਨਿਊਜ਼ ਹੈ ਐਂਡ ਥਿਸ ਬੀਂਗ ਸੈਡ ਕਿ ਹਰ ਇੱਕ ਸਟੇਟ ਹਰ ਇੱਕ municipality ਦੇ ਵੱਖ-ਵੱਖ ਪ੍ਰੋਵੀਜ਼ਨਸ ਹਨ ਇਹ ਫੈਡਰਲ ਲੈਵਲ ਆਮ ਦੀ ਜੱਜ ਦੀ ਆਰਡਰ ਸਿੱਗੀ ਸੋ ਲੈਟਸ ਸੀ ਕਿ ਨੂੰ ਇੰਪਲੀਮੈਂਟ ਕਿਸ ਤਰ੍ਹਾਂ ਕੀਤਾ ਜਾਂਦਾ ਇਨ ਰਿਸਪਾਂਸ ਪ੍ਰੈਜ਼ੀਡੈਂਟ ਬਾਈਡਨ ਦੇ ਜਸਟਿਸ ਡਿਪਾਰਟਮੈਂਟ ਨੇ ਕਿਹਾ ਹੈ ਥੈਟ ਦੇ ਵਿਲ ਅਪੀਲ ਆਮ ਇਸ ਮੋਰਟਿਸ ਆਰਡਰ ਨੂੰ ਉਹ ਜ਼ਰੂਰ ਫਾਈਟ ਕਰਨਗੇ ਐਂਡ ਉਹ ਰਿਕੁਐਸਟ ਕਰਦੇ ਆ ਕਿ ਇਸ ਆਰਡਰ ਦੀ ਇੰਪਲੀਮੈਂਟੇਸ਼ਨ ਤੇ ਸਟੇ ਲਗਾਈ ਜਾਏ। ਆਮ ਸੋ देयर इज alot of stuff developing here। ਠੀਕ ਛੋਟੇ ਜਿਹੀ ਬ੍ਰੇਕ ਲੁਕਦੇ ਕੁਝ ਕਾਲਰਸ ਸਾਡੇ ਨਾਲ ਜੁੜ ਚੁੱਕੇ ਐ। ਤੁਹਾਡੀ ਕਾਲ ਸੁਣਾਂਗੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਅੱਜ ਕੋਈ ਮੇਰਾ ਵੱਡਾ ਟੌਪਿਕ ਨਹੀਂ ਹੈਗਾ। ਆਈ ਹੈਵ ਸਮ ਅਪਡੇਟਸ ਸਮ ਹੈਡਲਾਈਨਸ ਟੂ ਸ਼ੇਅਰ ਵਿਦ ਯੂ ਬਟ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦੀ ਐ। ਸੋ ਜਰੂਰ ਕਾਲ ਕਰਕੇ ਸਾਡੇ ਨਾਲ ਜੁੜੋ। ਮਿਲਦੇ ਆਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਲਾਈਵ ਵਿਤਾਰਨ ਨਾਲ ਜੁੜੇ ਹਨ ਮੈਨੂੰ ਤਾਂ ਬਹੁਤ ਪਰਸਨਲੀ ਖੁਸ਼ੀ ਹੋ ਰਹੀ ਹੈ ਕਿ ਅੱਜ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਇੰਨੀ ਖੁਸ਼ੀ ਹੋ ਰਹੀ ਕਿ ਮੈਂ ਅੱਜ ਕੋਈ ਟੌਪਿਕ ਲੈਂਦਾ ਨਾ ਕੋਈ ਗੈਸਟ ਲੈਂਦਾ ਅੱਜ ਤੁਸੀਂ ਸਾਰੇ ਮੇਰੇ ਗੈਸਟੋ ਜਰੂਰ ਤੁਸੀਂ ਕਾਲ ਕਰਕੇ ਸਾਡੇ ਨਾਲ ਜੁੜੋ ਮੈਨੂੰ ਦੱਸੋ ਕਿ ਕੀ ਤੁਹਾਡੀ ਰਾਏ ਹੈ ਜੋ ਸਾਡੇ ਕੁਝ ਪਿਛਲੇ ਪ੍ਰੋਗਰਾਮਸ ਰਹੇ ਹਨ ਭਾਵੇਂ ਉਹ ਦਵਿੰਦਰ ਸ਼ਰਮਾ ਜੀ ਦਾ ਪ੍ਰੋਗਰਾਮ ਰਿਹਾ ਜੋ ਕੱਲ 에ਅਰ ਹੋਇਆ ਹੈ ਆਮ ਜਾਂ ਹੋਰ ਕੋਈ ਪ੍ਰੋਗਰਾਮਸ ਹੋਰ ਕੋਈ ਓਪੀਨੀਅਨਸ ਕਮੈਂਟਸ ਵੀ ਸਾਡੇ ਨਾਲ ਰੱਖਣਾ ਚਾਹੁੰਦੇ ਜੁੜ ਚੁੱਕੇ ਹੈ ਸੁਨ ਲੰਦੇ ਉਹਨਾਂ ਦੇ ਵਿਚਾਰ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰ ਹੋ ਹਾਂ ਜੀ ਸੰਤਾਜੀ ਜਿਹੜੀ ਆਨਰੇਬਲ ਬਾਈਡਨ ਨੇ ਪੈਟੈਂਟ ਸਸਪੈਂਡ ਕਰਨ ਦਾ ਕੀਤਾ ਆਨੈਸਲੀ ਇ ਵਰਲਡ ਨੂਈ ਸਟੀਮੂਲਸ ਆ ਅਮਰੀਕਾ ਨੂੰ ਉਹਨਾਂ ਨੇ ਦਿੱਤੀ ਪਰ ਇ ਵਰਲਡ ਨੂ ਸਟੀਮੂਲਸ ਆ ਐਜ਼ ਅ ਇੰਡੀਅਨ ਆਮ ਵਿਲਿੰਗ ਟੂ ਟੱਚ ਹਿਸ ਨੀਜ਼ ਆਊਟ ਆਫ ਰਿਸਪੈਕਟ

and rival battle in the as stimulus for the whole world i agree At the cost of the industry that is true par yeah. unne dekho sanu star stimulus ditta i appreciate that par aidena sari duniya nu dena etto wadda daan duniya nu ho nahi sakda i agree i really appreciate it as do i thank you so much dr carlo for um sharing that feedback and it me uh, eh vi kehna chahndi ha ki yes at the cost of the company's profit but jo company's the profit hai ga oh ve lokan de sir te chalda hai lok hi nahi rehange ta company ka de utte profit banan gi ha राइट सो अगर ਤੁਸੀਂ ਵਰਲਡ ਪੋਪੂਲੇਸ਼ਨ ਦੀ ਹੈਲਥ ਦੀ ਗੱਲ ਕਰ ਰਹੇ ਹੋ ਆਮ ਇਹ ਇਹੋ ਜਿਹਾ ਟਾਪਿਕ ਨਹੀਂ ਹੈ ਕਿ ਤੁਸੀਂ ਉਹਦੇ ਚ ਯੂ نو ਪ੍ਰੋਫਿਟਸ ਨੂੰ ਪ੍ਰਾਇੋਰਟੀ ਦੇ ਸਕਦੇ ਹੋ ਅੱਜ ਦੀ ਡੇਟ ਦੇ ਵਿੱਚ ਪਹਿਲੇ ਸਾਰਿਆਂ ਨੂੰ ਇੱਕ ਵਾਰੀ ਫਿਰ ਹੈਲਦੀ ਕਰੀਏ ਫਿਰ ਦੇਖਾਂਗੇ ਕਿ ਇਸ ਚੀਜ਼ ਦੇ ਵਿੱਚ ਪ੍ਰੋਫਿਟ ਬਣਾਣਾ ਹੈ ਸਸਿਕਾ ਜੀ ਤੁਸੀਂ ਆਨ 에ਰੋ ਹੈਲੋ ਹਾਂ ਜੀ ਸ਼ਾਤਰਵਾਲਾ ਗਾਇ ਚਾਹ ਜੀ ਤਿੰਟਾ ਕਾ ਸਸਿਕਾ ਜੀ ਹਾਂ ਜੀ ਹਾਂ ਜੀ ਹਾਂ ਜੀ ਕਿੱਦਾਂ ਲੱਗਿਆ ਪ੍ਰੋਗਰਾਮ ਕੱਲ ਵਾਲਾ ਮੋਸਨ ਲੱਗ ਗਈ ਉਹ ਨਹੀਂ ਮਕਰੀ ਦਿੱਤੀ ਮਕਰੀ ਦਿੱਤੀ ਤੋਂ ਲੱਗੇ ਸਾਰਾ ਨਾ ਪਰੰਸ ਨਮੋਲੇ ਚ ਪਲਿਟਿਸੀ ਸਾਹਿਬ ਨੇ ਚੰਗੇ ਸੁਝਾਅ ਦਿੱਤੇ ਹਨ ਨਹੀਂ ਥੈਂਕ ਯੂ ਜੀ

ਤੇ ਤੇ ਮੈਨੂੰ ਲੱਗਦਾ ਤੁਸੀਂ ਰਾਜਕੁਮਾਰ ਜੀ ਬੋਲਰ ਤੜੀ ਆਵਾਜ਼ ਤੋਂ ਪਤਾ ਲੱਗ ਜਾਂਦਾ ਰਾਜਕੁਮਾਰ ਜੀ ਬਿਲਕੁਲ ਜੀ ਬਿਲਕੁਲ ਰਾਜਕੁਮਾਰ ਜੀ ਚੋਨ ਹਸਪੀਟਲ ਬਿਲਕੁਲ ਸਭ ਤੋਂ ਮਤਲਬ ਵਨ ਆਫ ਆਰ 올ਡੇਸਟ ਈਵਰਸ ਤੇ ਡਟ ਕਿਸ ਸਨ ਨਾਲ ਜੁੜੇ ਹੋ ਇਸੇ ਤਰ੍ਹਾਂ ਜੁੜੇ ਰਹੋ ਰਾਜਕੁਮਾਰ ਜੀ ਆਲਵੇਜ਼ ਅ ਪਲੇਜ਼ਰ ਟਾਕਿੰਗ ਟੂ ਯੂ ਹੈਵ ਅ ਗੁੱਡ ਰੈਸਟ ਆਫ ਯੋਰ ਨਾਈਟ ਅਮ ਸੋ ਯੂ نو ਵਨਸ ਅਗੇਨ ਕੁਝ ਨਿਊ ਸਟੋਰੀਸ ਸਨ ਨਾਲ ਮੈਂ ਸ਼ੇਅਰ ਕਰੀ ਸੀ ਬ੍ਰੇਕ ਤੋਂ ਪਹਿਲੇ ਆਫਕੋਰਸ ਤੁਹਾਨੂੰ ਦੱਸਿਆ ਕਿ ਜੋ ਬਾਈਡਨ ਨੇ ਅਮ ਇਹ ਸਪੋਰਟ ਆਪਣੀ ਪਾਈ ਹੈ ਕੀ ਵੈਕਸੀਨਸ ਦਾ ਜੋ ਪੈਟੈਂਟ ਹੈਗਾ ਆ ਰੈਸিপি ਤੁਸੀਂ ਕਹਿ ਸਕਦੇ ਹੋ ਸਿਕਰਟ ਫਾਰਮੂਲਾ ਕਹਿ ਸਕਦੇ ਹੋ ਉਸ ਪੈਟੈਂਟ ਨੂੰ ਟੈਂਪੋਰਰਰੀਲੀ ਸਸਪੈਂਡ ਕੀਤਾ ਜਾਏ ਤਾਂ ਕਿ ਹੋਰ ਦੁਨੀਆ ਦੇ ਵਿੱਚ ਉਹ ਚੀਜ਼ ਸ਼ੇਅਰ ਕੀਤੀ ਜਾਏ ਮੀਨ ਇੰਡੀਆ ਦੇ ਵਿੱਚ ਇਹੀ ਖਬਰਾਂ ਨਿਕਲ ਰਹੀਆਂ ਹੁਣ ਕਿ ਉਹ ਵੈਕਸੀਨਸ ਬਣਾ ਸਕਦੇ ਐ ਅਗਰ ਉਹਨਾਂ ਨੂੰ ਆਪ ਨੂੰ ਵੈਕਸੀਨ ਦਾ ਫਾਰਮੂਲਾ ਦਿੱਤਾ ਜਾਏ ਉਹ ਆਪ ਬਣਾ ਸਕਦੇ ਹਨ ਇਨਸਟੈਡ ਕਿ ਜਿੱਥੇ ਇਸ ਵੇਲੇ ਯੂਨਾਈਟਿਡ ਸਟੇਟਸ ਇੰਡੀਆ ਨੂੰ ਵੈਕਸੀਨਸ ਪ੍ਰੋਵਾਈਡ ਕਰ ਰਿਹਾ ਹੈ ਬਣੀ ਬਣਾਈ ਐਸਟਰਾਜ਼ੈਨੇਕਾ ਵੈਕਸੀਨ ਜੋ ਕਿ ਇੱਥੇ ਇਸ ਕੰਟਰੀ ਦੇ ਵਿੱਚ ਨਹੀਂ ਦਿੱਤੀ ਜਾ ਰਹੀ ਯੂਨਾਈਟਿਡ ਸਟੇਟਸ ਦੇ ਵਿੱਚ ਸਿਰਫ ਤਾਂ ਸਿਰਫ ਫਾਈਜ਼ਰ मडर्ना ਤੇ ਜான்ਸਨ ਐਂਡ ਜான்ਸਨ ਦਿੱਤੀ ਜਾ ਰਹੀ ਹੈ ਐਸਟਰਾਜ਼ੈਨੇਕਾ ਨਹੀਂ ਦਿੱਤੀ ਜਾ ਰਹੀ ਆਮ ਬਟ ਫਿਰ ਵੀ ਯੂਨਾਈਟਿਡ ਸਟੇਟਸ ਦੇ ਕੋਲ 300 ਮਿਲੀਅਨ ਡੋਸਸ ਹੈਗੀਆਂ ਐਸਟਰਾਜ਼ੈਨੇਕਾ ਦੀ ਜੋ ਉਹਨਾਂ ਨੇ ਖਰੀਦ ਕੇ ਰੱਖੀਆਂ ਸੀ ਜਸਟ ਟੂ ਹੈਵ ਅ ਸਰਪਲਸ ਐਕਸਟਰਾ um ਸੋ 8 ਉਸ 300 ਮਿਲੀਅਨ ਵਿੱਚੋਂ ਲਗਭਗ 60 ਮਿਲੀਅਨ ਰੀਸੈਂਟਲੀ ਪ੍ਰੈਜ਼ੀਡੈਂਟ ਬਾਈਡਨ ਨੇ ਕੇਆਕੇਓ ਵਰਲਡਵਾਈਡ ਡਿਸਟ੍ਰਿਬਿਊਟ ਕਰਨਗੇ ਜਿਸ ਵਿੱਚੋਂ ਕਾਫੀ ਵੱਡਾ ਹਿੱਸਾ ਇੰਡੀਆ ਨੂੰ ਜਾ ਚੁੱਕਿਆ ਹੈ ਬਟ ਇਟਸ ਨਾਟ ਇਨਾਫ ਹਨਾ ਇੰਡੀਆ ਦੇ ਵਿੱਚ ਬਿਲੀਅਨ ਪੋਪੂਲੇਸ਼ਨ ਹੈਗੀ ਲੋਕਾਂ ਦੀ ਬੀ ਉਥੇ ਯੂ ਨੋ ਵੀ 25 30 ਮਿਲੀਅਨ ਡੋਸਸ ਦੇ ਨਾਲ ਉਹਨਾਂ ਦਾ ਕੰਮ ਬਿਲਕੁਲ ਨਹੀਂ ਸਰਨਾ ਸੋ ਦੇ ਨੀਡ ਕਿ ਉਹਨਾਂ ਨੂੰ ਆਪ ਨੂੰ ਆ ਵੈਕਸੀਨ ਬਣਾਉਣ ਦਾ ਮੌਕਾ ਦਿੱਤਾ ਜਾ ਐਂਡ ਦੈਟਸ ਵੇਅਰ ਦ ਪੈਟੈਂਟ ਕਮਜ਼ ਇਨ ਐਂਡ ਦੈਟਸ ਵਾਈ ਬਹੁਤ ਇੰਪੋਰਟੈਂਟ ਹੈ ਕਿ ਉਹਨਾਂ ਦੇ ਕੋਲ ਰੈਸিপি ਹੋਏ ਤਾਂ ਕਿ ਉਹ ਇਹ ਵੈਕਸੀਨ ਆ ਬਣਾ ਸਕਣ ਆਮ ਤੁਹਾਨੂੰ ਰੈਂਟ ਮੋਰਟੋਰੀਅਮ ਬਾਰੇ ਦੱਸਿਆ ਸੀ ਮੂਵਿੰਗ ਔਨ ਜੋ ਇਹ ਫਾਈਜ਼ਰ ਵੈਕਸੀਨ ਹੈਗੀ ਹੁਣ ਯੂ ਨੋ ਜਿੱਥੇ ਲੋਕਾਂ ਨੂੰ ਡਰ ਹੈ ਕਿ ਇੰਡੀਆ ਦੇ ਵਿੱਚ ਜੋ ਵੈਰੀਐਂਟਸ ਨਵੇਂ ਇਸ ਵੈਕਸੀਨ ਦੇ ਨਵੇਂ ਰੂਪ ਐਕਸਕਿਊਜ਼ ਮੀ ਇਸ ਮਹਾਮਾਰੀ ਦੇ ਨਵੇਂ ਰੂਪ ਵੇਖਣ ਨੂੰ ਮਿਲ ਰਿਹਾ ਵੈਰੀਐਂਟਸ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਇੰਡੀਆ ਦੇ ਵਿੱਚ ਦੋ ਵੈਰੀਐਂਟਸ ਹੈਗੇ ਜੋ ਕਾਫੀ ਖਤਰਨਾਕ ਪਾਇਆ ਜਾ ਰਹੇ ਹਨ ਇੱਕ ਸਾਇੰਟਿਸਟ ਨੇ ਉਹਨਾਂ ਨੂੰ ਸਟੱਡੀ ਕੀਤਾ ਹੋਇਆ ਉਹਨਾਂ ਨੂੰ ਪਤਾ ਹੈ ਕਿ ਇਹ ਇੱਕ ਵੈਰੀਐਂਟ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦਾ ਰੂਪ ਲੈ ਕੇ ਆ ਰਿਹਾ ਇੱਕ ਦੂਜਾ ਵੈਰੀਐਂਟ ਉਹਨੂੰ ਡਬਲ ਵੈਰੀਐਂਟ ਕਿਹਾ ਜਾ ਰਿਹਾ ਹੈ ਉਹਦੇ ਬਾਰੇ ਹਾਲੇ ਨੀ ਸਟੱਡੀਜ਼ ਦੀ ਜਾਣਕਾਰੀ ਨਹੀਂ ਹੈਗੀ ਸਾਇੰਟਿਸਟ ਡਾਕਟਰਸ ਕੋਲ ਉਹ ਆ ਬਹੁਤ ਜਿਆਦਾ ਖਤਰਨਾਕ ਇਸ ਵੇਲੇ ਲੱਗ ਰਿਹਾ ਹੈ ਉਹ ਜੋ ਵੇਰੀਐਂਟ ਹੈਗਾ ਇਹ ਜੋ ਡਬਲ ਵੇਰੀਐਂਟ ਹੈ ਜੋ ਇਸ ਵੇਲੇ ਇੰਡੀਆ ਦੇ ਵਿੱਚ ਆ ਡਾਕਟਰਸ ਨੂੰ ਲੱਗ ਰਿਹਾ ਹੈ ਕਿ ਇਹਦੀ ਕਾਫੀ ਵੱਡੀ ਲੈਵਲ ਤੇ ਇਹਦੀ ਐਗਜ਼ਿਸਟੈਂਸ ਹੈਗੀ ਇਹ ਡਬਲ ਵੇਰੀਐਂਟ ਗੈਸਟ ਦੇ ਵਿੱਚ ਵੀ ਨਹੀਂ ਦਿਸਦਾ ਜੋ ਰੈਗੂਲਰ ਤੁਹਾਡਾ ਪੀਸੀਆਰ ਟੈਸਟ ਹੁੰਦਾ ਹੈ ਜੋ ਮੋਸਟ 에ਅਰਲਾਈਨਸ ਰეკਮੈਂਡ ਕਰਦੀਆਂ ਜੋ ਤੁਸੀਂ ਨਾਰਮਲ ਤੌਰ ਤੇ ਟੈਸਟਿੰਗ ਕਰਾਉਂਦੇ ਹੋ ਕੋਵਿਡ ਲਈ ਉਹ ਪੀਸੀਆਰ ਟੈਸਟ ਹੁੰਦਾ ਹੈ ਉਹ ਏ ਵਾਲਾ ਵੈਰੀਐਂਟ ਕੋਵਿਡ ਦਾ ਨਹੀਂ ਦਿਸਦਾ ਸੋ ਲੋਕਾਂ ਨੂੰ ਗਲਤ ਤਰੀਕੇ ਨਾਲ 네ਗੇਟਿਵ ਟੈਸਟ ਆ ਰਹੇ ਹਨ ਈਵਨ ਦੋ ਉਹ ਪੋਜ਼ਿਟਿਵ ਹੈਗੇ ਕੋਵਿਡ ਲਈ ਇਸ ਨਵੇਂ ਵੈਰੀਐਂਟ ਦੇ ਨਾਲ ਤੇ ਦੂਜੀ ਚੀਜ਼ ਜੋ ਇਸ ਵੈਰੀਐਂਟ ਦੇ ਨਾਲ ਸੰਬੰਧਿਤ ਹੈਗੀ ਇਸ ਵੇਲੇ ਡਾਕਟਰਸ ਨੂੰ ਲੱਗਦਾ ਹੈਗਾ ਕਿ ਇਹ ਵੈਰੀਐਂਟ ਵੈਕਸੀਨਸ ਨੂੰ ਵੀ ਮਾਰ ਦੇ ਸਕਦਾ ਹੈ ਕਿ ਸ਼ਾਇਦ ਵੈਕਸੀਨਸ ਵੀ ਜੋ ਕਰੰਟ ਵੈਕਸੀਨਸ ਹਨ ਇਸ ਨਵੇਂ ਵੈਰੀਐਂਟ ਨੂੰ ਆ ਨਾ ਤੁਹਾਨੂੰ ਇਹਦੇ ਖਿਲਾਫ ਪ੍ਰੋਟੈਕਟ ਕਰ ਸਕਣ ਹਾਊਏਵਰ ਅੱਜ ਫਾਈਜ਼ਰ ਨੇ ਇੱਕ ਰਿਪੋਰਟ ਕੱਢੀ ਕਿ ਜੋ ਉਹਨਾਂ ਦੀ ਵੈਕਸੀਨ ਹੈਗੀ ਖਾਸ ਕਰਕੇ ਜੋ ਫਾਈਜ਼ਰ ਦੀ ਵੈਕਸੀਨ ਹੈ ਅਗਰ ਤੁਸੀਂ ਫਾਈਜ਼ਰ ਲਗਾਈ ਹੋਈ ਹੈ ਤੁਹਾਡੇ ਲਈ ਇੰਪੋਰਟੈਂਟ ਗੱਲ ਹੈ ਕਿ ਫਾਈਜ਼ਰ ਦੀ ਵੈਕਸੀਨ ਕਹਿ ਰਹੀ ਹੈ ਕਿ ਜੋ ਨਵੇਂ ਵੈਰੀਐਂਟਸ ਵੇਖਣ ਨੂੰ ਮਿਲ ਰਹੇ ਹਨ ਜਿਨ੍ਹਾਂ ਤੇ ਸਟੱਡੀਜ਼ ਕੀਤੀਆਂ ਗਈਆਂ ਹਨ ਉਹਨਾਂ ਦੇ ਖਿਲਾਫ ਫਾਈਜ਼ਰ ਦੀ ਵੈਕਸੀਨ ਤੁਹਾਨੂੰ ਬਚਾਉਂਦੀ ਹੈ ਸੋ ਫਾਈਜ਼ਰ ਵਾਂਸ ਅਗੇਨ ਯੂ نو ਇਸ ਵਿਲੇ 4-5 ਮੇਨ ਵੈਕਸੀਨਸ ਦੁਨੀਆ ਦੇ ਵਿੱਚ ਸਰਕੂਲੇਟ ਹੋ ਰਹੀਆਂ ਹਨ ਉਹਨਾਂ ਦੇ ਵਿੱਚ ਫਾਈਜ਼ਰ ਮੈਂ ਕਹਾਂਗੀ ਇਸ 1 ਆਫ ਦੀ ਮੋਸਟ ਉਹਦਾ ਪ੍ਰੋਟੈਕਸ਼ਨ ਰੇਟ ਵੀ ਸਭ ਤੋਂ ਹਾਈ ਹੈਗਾ ਤੇ ਜਿਸ ਕੰਟਰੀਜ਼ ਦੇ ਵਿੱਚ ਫਾਈਜ਼ਰ ਦਿੱਤੀ ਜਾ ਰਹੀ ਹੈ ਉਹ ਦੁਨੀਆ ਦੇ ਸਭ ਤੋਂ ਰਿਚ ਕੰਟਰੀਜ਼ ਹਨ ਲਾਈਕ ਦਿ ਯੂਨਾਈਟਿਡ ਸਟੇਟਸ ਐਂਡ ਫਾਈਜ਼ਰ ਨੇ ਕਿਹਾ ਹੈ ਕਿ ਉਹਨਾਂ ਦੀ ਵੈਕਸੀਨ ਇਨ ਵੈਰੀਐਂਟਸ ਦੇ ਖਿਲਾਫ ਪ੍ਰੋਟੈਕਟ ਤੁਹਾਨੂੰ ਕਰ ਸਕਦੀ ਹੈ ਬਟ ਵਾਂਸ ਅਗੇਨ ਇਹਦੇ ਵਿੱਚ ਬਹੁਤ ਵੱਡਾ ਬਟ ਆਂਦਾ ਹੈ ਰਾਈਟ um ਬਿਕਾਜ਼ ਇਹ ਜੋ ਵੈਰੀਐਂਟਸ ਹੈਗੇ ਜਸਟ ਨੇ ਫਾਈਜ਼ਰ ਨੇ ਐਨਾਨਸਮੈਂਟ ਕੀਤੀ ਅਮ ਉਹਦੇ ਵਿੱਚ ਕਾਫੀ ਸਾਰੀ ਕੰਡੀਸ਼ਨਸ ਹਨ ਯੂ نو ਸ਼ਰਤਾਂ ਹੈਗੀਆਂ ਜੋ ਤੁਹਾਨੂੰ ਪਤਾ ਹੋਣੀ ਚਾਹੀਦੀ ਵਨ ਆਫ ਥੈਮ ਇਜ਼ ਕਿ ਫਾਈਜ਼ਰ ਦੇ ਨਾਲ ਮੈਨੂੰ ਆਪ ਨੂੰ ਪਤਾ ਹੈ ਮੈਨੂੰ ਫਾਈਜ਼ਰ ਦੀ ਵੈਕਸੀਨ ਲੱਗੀ ਹੋਈ ਹੈ ਕਿ ਉਹ ਤੁਹਾਨੂੰ ਇੱਕ ਬੂਸਟਰ ਸ਼ਾਟ ਲਈ ਸਕੈਡਿਊਲ ਕਰ ਲੈਂਦੇ ਸੋ ਫਾਈਜ਼ਰ ਦੇ ਦੋ ਸ਼ਾਟਸ ਹੁੰਦੇ ਹੈ ਮੇਰੇ ਦੋਨੋਂ ਲੱਗੇ ਸੀ ਦੂਜੇ ਸ਼ਾਟ ਤੋਂ ਬਾਅਦ ਮੇਰੇ ਕਾਰਡ ਤੇ ਉਹਨਾਂ ਨੇ ਲਿਖਤਾ ਕਿ ਤੁਸੀਂ ਇੱਕ ਤੀਜੇ ਸ਼ਾਟ ਲਈ 6 ਮਹੀਨੇ ਬਾਅਦ ਆਓ ਆਮ ਕਿ 6 ਮਹੀਨੇ ਬਾਅਦ ਸਾਡੇ ਕੋਲ ਇੱਕ ਯੂ ਨੋ ਰਿਵਾਈਜ਼ਡ ਵੈਕਸੀਨ ਲਾਈਕ ਬੂਸਟਰ ਸ਼ਾਟ ਹੋਏਗਾ ਤਾਂ ਕਿ ਉਸ ਟਾਈਮ ਤੱਕ ਕੋਈ ਵੀ ਵੈਰੀਐਂਟਸ ਆਂਦੇ ਆ ਜਿਸ ਤਰ੍ਹਾਂ ਹੁਣ ਇੰਡੀਆ ਦੇ ਵਿੱਚ ਵੇਖ ਨੂੰ ਮਿਲਿਆ ਯੂ ਐਸ ਵਿੱਚ ਵੀ ਆ ਸਕਦੇ ਯੂਰਪ ਯੂ ਕੇ ਅਮ ਸਾਨੂੰ ਸਾਰਿਆਂ ਨੂੰ ਪਤਾ ਹੈ ਖਬਰਾਂ ਵੈਰੀਐਂਟਸ ਕਿ ਕਿਸ ਤਰ੍ਹਾਂ ਫੈਲ ਰਹੀਆਂ ਕਿ 6 ਮਹੀਨੇ ਬਾਅਦ ਫਾਈਜ਼ਰ ਨੇ ਐਟ ਲੀਸਟ ਕਿਹਾ ਹੈ ਕਿ ਸਾਡੇ ਕੋਲ ਇੱਕ ਹੋਰ ਸ਼ਾਰਟ ਹੋਏਗਾ ਇੱਕ ਹੋਰ ਟਿੱਕਾ ਹੋਏਗਾ ਜੋ ਇਨ ਨਵੇਂ ਵੇਰੀਐਂਟਸ ਦੇ ਖਿਲਾਫ ਵੀ ਤੁਹਾਨੂੰ ਪ੍ਰੋਟੈਕਟ ਕਰੂਗਾ ਆਮ ਸੋ ਇਹ ਬਹੁਤ ਇੰਪੋਰਟੈਂਟ ਨਿਊਜ਼ ਹੈ ਬਟ ਇਹਦੇ ਵਿੱਚ ਇਹ ਵੀ ਇੱਕ ਚੀਜ਼ ਉਹਨਾਂ ਨੇ ਨਹੀਂ ਮੈਂਸ਼ਨ ਕੀਤੀ ਆਮ ਕਿ ਉਹਨ ਵੇਰੀਐਂਟਸ ਬਾਰੇ ਕੀ ਇਹ ਕਹਿ ਸਕਦੇ ਆ ਜਿਸ ਤਰ੍ਹਾਂ ਇੰਡੀਆ ਦਾ ਮੈਂ ਡਬਲ ਵੇਰੀਐਂਟ ਤੁਹਾਨੂੰ ਹੁਣੇ ਦੱਸਿਆ ਸੀ ਆਮ ਜਿਹਦੇ ਉੱਤੇ ਜ਼ਿਆਦਾ ਸਟੱਡੀਜ਼ ਨਹੀਂ ਹੋਈਆਂ ਹਨ ਅਮ ਐਂਡ ਜਿਹਦਾ ਮੈਂ ਅਗਰ ਯੂ نو ਇੱਕ ਵਾਰੀ ਫਿਰ ਕਹਿੰਦੀ ਜਿਹਦਾ ਰੂਪ ਇੰਨਾ ਯੂ نو ਡੇਂਜਰਸ ਨਾ ਖਤਰਨਾਕ ਲੱਗ ਰਿਹਾ ਹੈ ਅਮ ਕਿ ਉਹਦੇ ਖਿਲਾਫ ਕੀ ਇਹ ਵੈਕਸੀਨਸ ਤੁਹਾਨੂੰ ਪ੍ਰੋਟੈਕਟ ਕਰਨਗੀ ਫਾਈਜ਼ਰ ਨੇ ਹਾਲੇ ਤੱਕ ਇਸ ਦਾ ਦੀ ਕੋਈ ਸਟੇਟਮੈਂਟ ਨਹੀਂ ਕਹੀ ਕਿ ਇਹ ਜੋ ਇੰਡੀਆ ਦਾ ਨਵਾਂ ਡਬਲ ਵੈਰੀਐਂਟ ਹੈਗਾ ਇਹ ਦੇ ਖਿਲਾਫ ਕਿਸ ਤਰ੍ਹਾਂ ਇਹ ਵੈਕਸੀਨ ਤੁਹਾਨੂੰ ਬਚਾ ਸਕਦੀ ਹੈ ਜਿੱਥੇ ਉਹ ਵੈਰੀਐਂਟ ਟੈਸਟ ਤੇ ਵੀ ਨਹੀਂ ਦਿਖਦਾ ਆ ਉਹ ਵੈਰੀਐਂਟ ਐਕਸਟਰਾ ਇਨਫੈਕਸ਼ੀਅਸੇ ਤੌਰ ਤੇ ਆਮ ਲੋਕਾਂ ਦੇ ਵਿੱਚ ਫੈਲ ਰਿਹਾ ਤੇ ਉਹ ਯੰਗਰ ਜਨਰੇਸ਼ਨ ਨੂੰ ਅਫੈਕਟ ਕਰ ਰਿਹਾ ਹੁਣ ਇੰਡੀਆ ਦੇ ਵਿੱਚ ਯੂ ਨੋ ਪਿਛਲੇ ਸਾਲ ਜੋ ਪਹਿਲੀ ਵੇਵ ਸੀਗੀ ਉਹਦੇ ਵਿੱਚ ਬਜ਼ੁਰਗ ਐਂਡ ਜੋ ਆਲਰੇਡੀ ਜਿਨ੍ਹਾਂ ਦਾ ਇਮਿਊਨ ਸਿਸਟਮ ਥੋੜਾ ਵੀਕ ਸੀਗਾ ਉਹਨਾਂ ਨੂੰ ਜ਼ਿਆਦਾ ਅਫੈਕਟ ਕਰ ਰਹੀ ਸੀ ਸਿਮਿਲਰ ਥਿੰਗ ਯੂ ਐਸ ਵਿੱਚ ਵੀ ਅਪਾ ਸਿਮਿਲਰ ਥਿੰਗ ਦੇਖੀ ਹੋਨੇ ਜੋ ਇਹ ਸੈਕਿੰਡ ਵੇਵ ਹੈਗੀ ਇੰਡੀਆ ਦੇ ਵਿੱਚ ਉਹ ਯੰਗਰ ਜਨਰੇਸ਼ਨ ਯੰਗਰ ਪੋਪੂਲੇਸ਼ਨ ਨੂੰ ਅਫੈਕਟ ਕਰ ਰਹੀ ਹੈ ਐਂਡ ਹੋਰ ਤੇਜ਼ੀ ਤੇ ਹੋਰ ਡੇਂਜਰਸ ਤਰੀਕੇ ਨਾਲ ਲੋਕੀ ਰਿਕਵਰ ਨਹੀਂ ਕਰ ਪਾ ਰਹੇ ਯੂ نو 25 23 30 40 40 ਸਾਲਾਂ ਦੇ ਲੋਕਾਂ ਨੂੰ ਇਹ ਜਾਨ ਲੈਵਾ ਤਰੀਕੇ ਦੇ ਨਾਲ ਅਫੈਕਟ ਕਰ ਰਹੀ ਹੈ ਇਹ ਮਹਾਮਾਰੀ ਇਹ ਨਵਾਂ ਵੈਰੀਐਂਟ ਸੋ ਦੇਖਦੇ ਹਾਂ ਕਿਸ ਤਰ੍ਹਾਂ ਇਹ ਵੈਕਸੀਨਸ ਹਮ ਹੋਰ ਇਵੋਲਵ ਹੁੰਦੀਆਂ ਇਨ ਨਵੇਂ ਵੈਰੀਐਂਟਸ ਨੂੰ ਅਟੈਕ ਕਰਨ ਲਈ ਤੁਹਾਨੂੰ ਇਹਨਾਂ ਤੋਂ ਬਚਾਉਣ ਲਈ ਕਿਸ ਤਰ੍ਹਾਂ ਇਹ ਵੈਕਸੀਨਸ ਇਵੋਲਵ ਹੁੰਦੀਆਂ ਬਟ ਵਾਂਸ ਅਗੇਨ ਯੂ نو ਸਾਨੂੰ ਇਹ ਸੋਚ ਨਹੀਂ ਰੱਖਣੀ ਚਾਹੀਦੀ ਕਿ ਜਸਟ ਬਿਕਾਜ਼ ਸਾਡੇ ਕੋਲ ਇੱਥੇ ਵੈਕਸੀਨ ਲੱਗ ਚੁੱਕੀ ਹੈ ਕਿ ਸਾਨੂੰ ਕਿਸੇ ਵੀ ਹੋਰ ਦੀ ਪਰਵਾਹ ਨਹੀਂ ਬਿਕਾਜ਼ ਵਾਂਸ ਅਗੇਨ ਇੱਥੇ ਵੈਕਸੀਨ ਲੱਗੀ ਹੋਈ ਹੈ ਯੂ نو ਤੁਹਾਨੂੰ ਲੱਗੀ ਹੈ ਦੈਟਸ ਫਾਈਨ ਬਟ ਅਗਰ ਤੁਸੀਂ ਕਿਸੇ ਦੇ ਨਾਲ ਕੰਟੈਕਟ ਵਿੱਚ ਆਂਦੇ ਹੋ ਜਿਨ੍ਹਾਂ ਨੂੰ ਉਹ ਵੈਰੀਐਂਟ ਹੈਗਾ ਤੁਹਾਨੂੰ ਵੈਕਸੀਨ ਨਹੀਂ ਲੱਗੀ ਹੋਈ ਤੁਹਾਡੀ ਵੈਕਸੀਨ ਤੁਹਾਨੂੰ ਉਸ ਵੈਰੀਐਂਟ ਤੋਂ ਨਹੀਂ ਬਚਾਉਂਦੀ ਤੁਸੀਂ ਵੀ ਉਨੇ ਕੀ ਖਤਰੇ ਛੇਗੇ ਇਸ ਵੇਲੇ ਜਿਸ ਤਰ੍ਹਾਂ ਇੰਡੀਆ ਦੀ ਪੋਪੂਲੇਸ਼ਨ ਹੈ ਜਾਂ ਸਾਊਥ ਅਮਰੀਕਾ ਦੀ ਬ੍ਰਾਜ਼ੀਲ ਦੀ ਪੋਪੂਲੇਸ਼ਨ ਹੈਗੀ ਜਿੱਥੇ ਇਹ ਚੀਜ਼ ਬਹੁਤ ਵੱਡੇ ਲੈਵਲ ਤੇ ਫੈਲ ਰਹੀ ਹੈ ਇਸੇ ਤਰ੍ਹਾਂ ਗੱਲ ਜਾਰੀ ਰਹੇਗੀ ਛੋਟੇ ਜਿਹੇ ਬ੍ਰੇਕ ਲੁੱਟਦੇ ਹਾਂ ਜ਼ਰੂਰ ਕਾਲ ਕਰਕੇ ਸਰ ਨਾਲ ਜੁੜੋ ਲਾਈਵ ਤੁਹਾਡੇ ਨਾਲ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ ब्रेक द पब्लिक वेफर मोर हाजिर होयां ਤੁਸੀਂ ਵੇਖ ਰਹੇ ਹੋ ਲਾਈਵ ਅੱਜ ਦਾ ਮੁੱਦਾ ਤੁਹਾਡੇ ਨਾਲ ਜੁੜੇ ਹਨ ਤੇ ਅੱਜ ਮੈਂ ਤੁਹਾਡੇ ਤੋਂ ਸੁਣਨਾ ਚਾਹਦੀ ਆ ਆਮ ਅੱਜ ਇਹ ਪ੍ਰੋਗਰਾਮ ਤੁਹਾਡਾ ਮੈਂ ਬਿਲਕੁਲ ਕੋਈ ਗੈਸਟ ਨਹੀਂ ਕੋਈ ਵੱਡਾ ਟੌਪਿਕ ਨਹੀਂ ਲੈ ਕੇ ਆਈ ਸਿਰਫ ਜੋ ਅੱਜ ਦੀ ਖਬਰਾਂ ਹੈਗੀਆਂ ਹੈਡਲਾਈਨਸ ਆਮ ਤੇ ਮੈਂ ਤੁਹਾਡੇ ਤੋਂ ਸੁਣਨਾ ਚਾਹਦੀ ਆ ਸਾਡੇ ਕੁਝ ਪਿਛਲੇ ਪ੍ਰੋਗਰਾਮਸ ਤੁਹਾਨੂੰ ਕਿਸ ਤਰ੍ਹਾਂ ਲੱਗੇ ਤੁਹਾਡੇ ਕੋਈ ਕਮੈਂਟਸ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਵੇਖਣਾ ਚਾਹੁੰਦੇ ਇੱਕ ਸਪੈਸ਼ਲ ਅਨਾਉਂਸਮੈਂਟ ਹੈ ਕਿ ਕੱਲ ਦੇ ਪ੍ਰੋਗਰਾਮ ਬਾਰੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਬਟ ਹੁਣ ਤੁਹਾਡੇ ਤੋਂ ਮੈਂ ਸੁਣਨਾ ਥੋੜੇ ਜੀ ਤੁਹਾਡੇ ਵਿਚਾਰ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਰੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੁਮਿਤ ਜੀ ਸਤਿ ਸ਼੍ਰੀ ਅਕਾਲ ਡਾਕਟਰ ਬਾਜਾ ਆਲਵੇਜ਼ ਅ ਪਲੇਜ਼ਰ ਅਮ ਵੈਲਕਮ ਬੈਕ ਸੋ ਗੁੱਡ ਟੂ ਹੈਵ ਯੂ ਡਾਕਟਰ ਸਾਹਿਬ ਦੱਸੋ ਕੀ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਆ ਮੈਂ ਕੋਰੋਨਾ ਦੀ ਗੱਲ ਜਿਹੜੀ ਚੱਲ ਰਹੀ ਸੀ ਜੀ ਸਰਟਨਲੀ ਇੰਡੀਆ ਚੈਸਟ ਆਨ ਜਿਹੜੀ ਸਿਚੁਏਸ਼ਨ ਹੈ ਉਹ ਸੀਰੀਅਸ ਤੋਂ ਥੋੜੀ ਗਰੇ ਵਾਲੇ ਪਾਸੇ ਨੂੰ ਟਰਨ ਹੋ ਰਹੀ ਹੈ ਹਮ ਹਮ ਜੋ ਅੱਜ ਮੈਂ ਦੇਖ ਰਿਹਾ ਸੀ ਵੀ 15% ਤੋਂ ਲੈ ਕੇ 30% ਤੱਕ ਕੁਝ ਸਟੇਟਸ ਦੇ ਵਿੱਚ ਟੈਸਟ ਪੋਜ਼ੀਟਿਵ ਆ ਰਹੇ ਹਨ ਜਿਹੜੀ ਐਵਰੇਜ ਇੰਡੀਆ ਦੀ ਉਹਨਾਂ ਨੇ ਕੋਈ 15 ਦੀ ਸਟੇਟਾ ਨਹੀਂ ਕੱਢੀ 댓 ਵਾਸ 21% ਸੋ ਦੇ ਵਿੱਚੋਂ 21 ਪੋਜ਼ੀਟਿਵ ਨਿਕਲਣਾ ਐ ਐਂਡ 댓ਸ ਦ ਪੀਪਲ 댓 ਆਰ ਗੈਟਿੰਗ ਟੈਸਟਿਡ ਇਥਾ ਉਹ ਲੋਕ ਜਿਨ੍ਹਾਂ ਦੇ ਟੈਸਟ ਹੋ ਰਹੇ ਹਨ ਜਿਨ੍ਹਾਂ ਦੀ ਕੋਈ ਟੈਸਟ ਨਹੀਂ ਹੈਗੀ ਉਹਨਾਂ ਦਾ ਕੋਈ ਮਤਲਬ ਹਿਸਾਬ ਹੀ ਨਹੀਂ ਹੈ ਸਵਿਲੇ ਹਾਂਜੀ ਹਾਂਜੀ ਕੋਨੇ ਦੇ ਚ ਜਿਹੜੀ ਸਿਚੁਏਸ਼ਨ ਹੈ ਵੀ ਇੱਥੇ ਕਰਨਾ ਕੀ ਜੀ ਜਦੋਂ ਇਹਨਾਂ ਵਾਲ ਦੇ ਸੀਜ਼ਨ ਨੂੰ ਦੇਖੀਏ ਜੀ 1918 ਨਾਲੋਂ 2020 ਵਿੱਚ ਸਿਚੁਏਸ਼ਨ ਬਹੁਤ ਟੈਕਨੋਲੋਜੀ ਚ ਕਲੀ ਹੋਇਆ ਵੇ ਬੈਟਰ ਸਾਇੰਸ ਵੀ ਅੱਗੇ ਨੂੰ ਐਡਵਾਂਸ ਹੋ ਗਈ ਹੈ ਦੇਖੋ ਸੋਸ਼ਲ ਡਿਸਟੈਂਸ ਮਾਸਕ ਜਿਹੀਆਂ ਚੀਜ਼ਾਂ ਉਹ ਕਰਨ ਦੇ ਤਾਂ ਕਰਨੀਆਂ ਪੈਣਗੀਆਂ ਪਰ ਮੇਰੇ ਅਸਲ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਜਿੱਥੇ-ਜਿੱਥੇ ਵੀ ਵਰਲਡ ਦੇ ਵਿੱਚ ਪਾਕਟ ਹੈ ਮਾਸ ਵੈਕਸੀਨੇਸ਼ਨ ਮਾਸ ਵੈਕਸੀਨੇਸ਼ਨ ਪ੍ਰੋਗਰਾਮ ਇੰਡੀਆ ਦੇ ਵਿੱਚ ਕਰਨਾ ਪਏਗਾ ਔਰ ਜਿਵੇਂ ਅੱਜ ਪ੍ਰੈਜ਼ੀਡੈਂਟ ਬਾਈਡਨ ਨੇ ਉੱਥੋਂ ਆਪਾਂ ਨੂੰ ਜਿਹੜੀ ਟੈਕਨੋਲੋਜੀ ਹੈ ਉਹਦੀਆਂ ਜਿਹੜੀਆਂ ਕੁਝ ਰੈਸਟ੍ਰਿਕਸ਼ਨਸ ਜਿ ਉਹ ਹਟਾਉਂਦੇ ਆ ਪਰ ਉਹਦੇ ਵਿੱਚ ਇੱਕ ਹੋਰ ਵੀ ਕਰਨਾ ਚਾਹੀਦਾ ਜੀ ਕਿ ਪ੍ਰੋਡਕਸ਼ਨ ਉਹਦੀ ਜਿਹੜੀ ਹੈ ਇੰਡੀਆ ਦੇ ਵਿੱਚ ਬਿਲਕੁਲ ਐਮਰਜੈਂਸੀ ਫੂਟਿੰਗ ਹੋਣੀ ਚਾਹੀਦੀ ਹੈ ਜਿਹੜੀਆਂ ਸਾਡੀਆਂ ਉੱਥੇ ਬਾਇਓ ਲੈब्स ਕਰੋ ਅਗਰ ਕਿਸੇ ਹੋਰ ਕੰਟਰੀ ਜੀ ਪ੍ਰੋਡਿਊਸ ਹੁੰਦਾ ਮੈਂ ਤੇ ਇੱਕ ਸਟੈਪ ਅੱਗੇ ਕਹਾਂ ਕਿ ਸਾਰੇ ਵਰਲਡ ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਐਫਓ ਦੁਨੀਆ ਆਰਗੇਨਾਈਜੇਸ਼ਨ ਨੂੰ ਪਾ ਕੇ ਸਾਰੇ ਵਰਲਡ ਦੇ ਵਿੱਚ ਇਨਾ ਵੈਕਸੀਨ ਅਸੀਂ 6 ਮਹੀਨਿਆਂ ਚ ਪ੍ਰੋਡਿਊਸ ਕਰ ਦਈਏ ਕਿ ਵਹੀ ਪਾਪੂਲੇਟ ਵੈਕਸੀਨੇਟ ਪੀਪਲ 에ਵਰੀਵੇਅਰ ਕਿਉਂਕਿ ਗਲੋਬਲ ਇਕਨੋਮੀ ਹੈ ਜਿੰਨਾ ਜਿਹੜੀ ਅਸੀਂ ਇੱਕ ਦੂਜੇ ਕੰਟਰੀਆਂ ਨਾਲ ਟ੍ਰੇਡ ਨਹੀਂ ਸ਼ੁਰੂ ਕਰਾਂਗੇ ਉਦੋਂ ਸਾਡੀ ਇਕਨਾਮਿਕ ਪ੍ਰੋਬਲਮ ਇਨ ਦਾ ਵਰਲਡ ਵਿਲ ਗਰੋ ਸੋ ਜੋ ਬਾਈਡਨ ਸਾਹਿਬ ਨੇ ਅੱਜ ਕੀਤਾ ਹੈ ਅਗਰ ਯੂਰਪ ਦੇ ਕੰਟਰੀਆਂ ਕੋਲ ਵੀ ਹੈ ਦੂਜੀਆਂ ਕੋਲ ਵੀ ਹੈ ਇਹਨੂੰ ਮਾਸ ਸਕੇਲ ਤੇ ਬਣਾਓ ਜਿਹ ਤੁਸੀਂ ਗੱਲ ਕਰ ਰਹੇ ਸੀ ਜੀ ਜਿਹੜਾ ਉਹ ਵੇਰੀਐਂਟ ਸਟ੍ਰੇਨਸ ਹੁੰਦੇ ਹਨ ਹਾਂ ਜੀ ਜਿਵੇਂ ਤੁਸੀਂ ਵੀ ਦੱਸ ਰਹੇ ਸੀ ਫਾਈਜ਼ਰ ਨੇ ਤੁਹਾਨੂੰ ਕਿਹਾ ਵੀ ਤੀਜਾ ਲਗਾਓ ਸੋ ਇਹ ਹੁੰਦਾ ਕੀ ਹੈ ਜਦੋਂ ਵਾਇਰਸ ਮਿਊਟੇਟ ਹੁੰਦਾ ਜਾਂਦਾ ਹੈ ਰੋਟੇਟ ਹੋ ਕੇ ਜੀਨਰੇਸ਼ਨ 1 2 3 ਚੱਲਦੀ ਰਹਿੰਦੀ ਹੈ ਫਿਰ ਇਹ ਆਪਣੇ এনवायरमेंट ਚ ਵੀ ਇਹਨਾਂ ਦੀ ਕਾਕਟੇਲ ਬਣ ਜਾਂਦੀ ਹੈ ਇਸੇ ਤਰ੍ਹਾਂ ਫਿਰ ਜਿਹੜੇ ਉਹ ਵੈਕਸੀਨ ਬਣਾਉਣ ਵਾਲੇ ਆ ਉਹ ਵੀ ਸਟ੍ਰੇਨ ਇੱਕ ਇੱਥੋਂ ਚੁੱਕ ਲਈਏ ਇੱਕ ਉੱਥੋਂ ਚੁੱਕ ਲਈਏ ਇਹ ਫਿਰ ਮਿਕਸ ਕਰਕੇ ਸੋ ਦੈਟ ਦੇ ਕੈਨ protector 10 strain F40 strain F50 strain ਉਹਨਾਂ ਨੂੰ ਡਾਕਟਰ ਬਾਜਵਾ I have a question for you since ਤੁਸੀਂ ਇਸੇ ਪਾਸੇ you understand the science behind this stuff ਤੁਸੀਂ ਸ਼ਾਇਦ ਸਿੰਪਲ ਸ਼ਬਦਾਂ ਸਾਡੇ ਲਈ ਇਹ ਚੀਜ਼ ਐਕਸਪਲੇਨ ਕਰ ਸਕਦੇ ਹੋ ਅਮ ਜਦੋਂ ਹੁਣੇ ਇੰਡੀਆ ਦੇ ਵਿੱਚ ਜੋ ਨਵਾਂ ਇੱਕ ਵੇਰੀਐਂਟ ਦੀ ਗੱਲ ਹੋ ਰਹੀ ਉਹਨੂੰ ਡਬਲ ਵੇਰੀਐਂਟ ਕਿਹਾ ਜਾ ਰਿਹਾ ਹੈ ਅਮ ਅਗਰ ਉਹਨੂੰ ਤੁਸੀਂ ਮਤਲਬ ਆਮ ਆਦਮੀ ਨੂੰ ਦੱਸਣਾ ਹੋਵੇ ਤਾਂ ਕੀ ਮਤਲਬ ਹੈ ਕਿ ਇਹ ਇੱਕ ਤਾਂ ਵੇਰੀਐਂਟ ਹੈ ਦੂਜੇ ਪਾਸੇ ਇਹ ਡਬਲ ਵੇਰੀਐਂਟ ਕੀ ਹੁੰਦਾ ਹੈ ਡਬਲ ਵੇਰੀਐਂਟ ਆ ਮੈਨੂੰ ਇਹਨਾ ਨਹੀਂ ਪਤਾ ਜਿੱਥੋਂ ਤੱਕ ਮੈਨੂੰ ਇਹਦਾ ਲੱਗਦਾ ਹੈ ਕਿ ਇਹਦੀ ਜਿਹੜੀ ਪੈਥੋਜੇਨਿਸਿਟੀ ਹੈ ਜਿਹੜੀ ਡਿਜ਼ੀਜ਼ ਕਾਜ਼ਿੰਗ ਕਪੈਸਿਟੀ ਹੈ ਉਹ ਸਟ੍ਰੇਨ 1 ਨਾਲੋਂ ਜ਼ਿਆਦਾ ਹੈ ਅੱਛਾ ਜੀ ਤਾਂ ਕਿਉਂਕਿ ਇਹ ਮਿਊਟੇਸ਼ਨਸ ਹੈ ਇਹਨਾਂ ਦਾ ਜਿਹੜਾ ਪ੍ਰੋਟੀਨ ਸਟਰਕਚਰ ਹੈ ਉਹ ਚੇਂਜ ਹੋ ਰਿਹਾ ਹੈ ਨਾ ਔਰ ਸਮ ਟਾਈਮ ਇਟ ਇਟ ਕਮਸ ਟੂ ਅ ਪੁਆਇੰਟ ਥੈਟ ਦੇ ਬਿਕਮ ਮੋਰ ਪੋਟੈਂਟ ਹਮ ਬਾਕੀ ਮੈਨੂੰ ਉਹਦਾ ਡਬਲ ਵੇਰੀਐਂਟ ਨੂੰ ਕਿਉਂ ਕਹਿੰਦੇ ਆ ਜੀ ਜੀ ਇਹ ਜੀ ਐਂਡ ਐਂਡ ਯੂ نو ਵਾਂਸ ਅਗੇਨ ਇਟਸ ਰੀਲੀ ਇੰਟਰਸਟਿੰਗ ਇੰਡੀਆ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਯੂ نو ਵੈਕਸੀਨ ਯਾ ਫਾਰਮਕਲੋਜੀਕਲ ਪ੍ਰੋਡਕਸ਼ਨ ਫੈਸਿਲਿਟੀ ਇਸ ਵਿਲੇ ਹੈਗੀ سیرਮ ਇੰਸਟੀਚੂਟ ਦੇ ਵਿੱਚ ਆਮ ਯੈਟ ਉੱਥੇ ਵੀ ਉਹ ਸਟਰਗਲ ਕਰ ਰਹੇ ਇਟਸ ਸੋ ਵੀਅਰਡ ਯਾਨੀ ਸਾਰੇ ਕੋਈ ਇਹੋ ਜੀ ਲੱਗਣੀ ਚਾਹੀਦੀ ਹੈ ਸਿਚੁਏਸ਼ਨ ਜਿਹਦੇ ਨਾਲ ਬਹੁਤ ਜ਼ਿਆਦਾ ਐਨਾਰਮਸ ਰੇਟ ਆਫ ਪ੍ਰੋਡਕਸ਼ਨ ਆਫ ਵੈਕਸੀਨ ফর ਆਲ ਓਵਰ ਦ ਵਰਡ ਕਿਉਂਕਿ ਅਗਰ ਇੰਡੀਆ ਜਾਏ ਕੱਲ ਨੂੰ ਅਜੇ ਇੱਥੇ ਫੈਲ ਗਿਆ ਪਰਸੋਂ ਨੂੰ ਕਿਸੇ ਹੋਰ ਕੰਟਰੀ ਚ ਫੈਲ ਜਾਊਗਾ ਹੁਣ ਵਹੀ ਇਕ ਇਦਰ ਵਹੀ ਡੋਟ ਗੋ ਐਨੀਵੇਅਰ दैट विल ਅਫੈਕਟ आवर ਇਕਨੋਮੀ ਇਹ ਦਿਨਾਂ ਤੋਂ ਚੱਲ ਰਿਹਾ ਹੈ ਕਿ ਅਸੀਂ ਦੁਨੀਆ ਭਰ ਚ ਮਾਸ ਵੈਕਸੀਨੇਸ਼ਨ ਕਰੀਏ ਦੇਖੋ ਅਮਰੀਕਾ ਚ ਦਸੰਬਰ ਚ ਵੈਕਸੀਨੇਸ਼ਨ ਸ਼ੁਰੂ ਹੋਈ ਆਲਮੋਸਟ ਤੇ ਦੇਖੋ ਆਪਣੀ ਇਥੇ ਚਾਰ ਪੰਜ ਮਹੀਨਿਆਂ ਚ ਆਪਾਂ ਕਿੰਨੇ ਬੈਟਰ ਹੋ ਗਏ ਬਹੁਤ ਲੋਕਾਂ ਨੂੰ ਇੱਥੇ ਵੈਕਸੀਨ ਲੱਗ ਗਈ 1 ਇਨ 4 ਪੀਪਲ 1 ਇਨ 4 ਪੀਪਲ ਇਨ ਦਾ ਯੂਨਾਈਟਿਡ ਸਟੇਟਸ ਚਾਰ ਲੋਕਾਂ ਵਿੱਚ ਇੱਕ ਲੋ ਇੱਕ ਬੰਦੇ ਨੂੰ ਐਟ ਲੀਸਟ ਇੱਕ ਟੀਕਾ ਲੱਗ ਚੁੱਕਿਆ ਹੈ ਇਨ ਦਾ ਯੂਨਾਈਟਿਡ ਸਟੇਟਸ ਆਈ ਮੀਨ ਇਟਸ ਅਮੇਜ਼ਿੰਗ ਔਰ ਲੋਕਾਂ ਨੂੰ ਲਵਾਉਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਹੈ ਹਰ ਇੱਕ ਆਦਮੀ ਨੂੰ ਵੈਕਸੀਨ ਕਰਾਉਣਾ ਚਾਹੀਦਾ ਆਈ ਅਗਰੀ ਥੈਂਕ ਯੂ ਸੋ ਮੱਚ ਡਾਕਟਰ ਬਾਜਵਾ ਐਸ ਆਲਵੇਸ ਤੁਹਾਡੀ ਇਨਸਾਈਟ ਤੁਹਾਡੀ ਐਕਸਪਰਟੀਜ਼ ਤੁਸੀਂ ਸਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹੋ ਵੀ ਰੀਲੀ ਅਪਰੀਸ਼ੀਏਟ ਥੈਟ ਆਮ ਯੂ نو ਜੇ ਵੈਕਸੀਨਸ ਦੀ ਗੱਲ ਆਂਦੀ ਹੈ ਆਮ ਇੰਡੀਆ ਦੇ ਨਾਲ ਯੂਨਾਈਟਿਡ ਸਟੇਟਸ ਨੇ ਇਸ ਹਫਤੇ ਕੱਲ ਦੀ ਹੀ ਗੱਲ ਹੈ ਟਿਊਸਡੇ ਨੂੰ ਟਰੈਵਲ ਸਸਪੈਂਡ ਕੀਤਾ ਰਾਈਟ ਤੁਸੀਂ ਡੈਫੀਨਿਟਲੀ ਇਹ ਖਬਰ ਵੇਖੀ ਹੋਣੀ ਹੈ ਕਿ ਆਮ ਅਨਲੈਸ ਤੁਸੀਂ ਸਿਟੀਜ਼ਨ ਹੋ ਲੀਗਲ ਰੈਜ਼ੀਡੈਂਟ ਹੋ ਜਾਂ ਆਮ ਫਰਸਟ ਰਿਲੇਟਿਵ ਹੈਗੇ ਆਮ ਯੂ نو ਆਵਰ ਸਿਟੀਜ਼ਨ ਆਰ ਰੈਜ਼ੀਡੈਂਟ ਤੋੜਾ ਟ੍ਰੈਵਲ ਇਸ ਲਈ ਇੰਡੀਆ ਤੋਂ ਯੂਨਾਈਟਿਡ ਸਟੇਟਸ ਦੇ ਵਿੱਚ ਟੈਂਪੋਰਰਲੀ ਸਸਪੈਂਡਡ ਹੈ ਰਾਈਟ ਬਟ ਇਹ ਵੀ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਤੁਸੀਂ ਇੰਡੀਆ ਚੋਂ ਟ੍ਰੈਵਲ ਤਾਂ ਬੰਦ ਕਰਤਾ ਰਾਈਟ ਬਟ ਤੁਸੀਂ ਸਾਰਿਆਂ ਦਾ ਨਹੀਂ ਕੀਤਾ ਉੱਥੇ ਜਿਸ ਤਰ੍ਹਾਂ ਇਹ ਚੀਜ਼ ਫੈਲ ਰਹੀ ਹੈ ਅਗਰ ਉੱਥੇ ਕੋਈ ਅਮਰੀਕਨ ਸਿਟੀਜ਼ਨ ਇੰਡੀਆ ਦੇ ਵਿੱਚ ਇਸ ਵੇਲੇ ਹੈਗਾ ਜੋ ਇੱਥੇ ਵਾਪਸ ਆਂਦਾ ਹੈ ਉਹ ਕੁਆਰੰਟਾਈਨ ਵੀ ਕਰਦੇ ਆ ਜਾਂ ਉਹਨਾਂ ਦਾ ਨੈਗੇਟਿਵ ਅਗਰ ਗਲਤ ਤਰੀਕੇ ਨਾਲ ਉਹਨਾਂ ਦਾ ਨੈਗੇਟਿਵ ਟੈਸਟ ਹਨ ਜਿਸ ਤਰ੍ਹਾਂ ਤੁਹਾਨੂੰ ਇਸ ਨਵੇਂ ਵੈਰੀਐਂਟ ਦੀ ਦੱਸੀ ਉਹ ਚੀਜ਼ ਤਾਂ ਇੱਥੇ ਆ ਗਈ ਨਾ ਆਈ ਮੀਨ ਗਏ ਉਹ ਦਿਨ ਕਿ ਤੁਸੀਂ ਆਪਣੇ ਬਾਰਡਰ ਬੰਦ ਕਰਕੇ ਆਪਣੇ ਆਪ ਨੂੰ ਇਹੋ ਜੀ ਚੀਜ਼ ਤੋਂ ਬਚਾ ਸਕਦੇ ਹੋ ਇਟਸ ਜਸਟ ਨਾ ਪੋਸੀਬਲ ਅਮ ਸੋ ਜਿਸ ਤਰ੍ਹਾਂ ਡਾਕਟਰ ਬਾਜਵਾ ਨੇ ਵੀ ਕਿਹਾ ਯੂ نو ਬਾਈਡਨ ਹੈਜ਼ ਟੇਕਨ ਅ ਸਟੈਪ ਉਹਨਾਂ ਨੇ ਸਪੋਰਟ ਕੀਤੀ ਕਿ ਇਨ ਵੈਕਸੀਨਸ ਨੂੰ ਯੂ نو ਇਹਨਾਂ ਦੀ ਜੋ ਰੈਸਿਪੀ ਹੈਗੀ ਇਹਨਾਂ ਦੀ ਮੈਨੂਫੈਕਚਰਿੰਗ ਦੁਨੀਆ ਦੇ ਵੱਖ-ਵੱਖ ਕੰਟਰੀਜ਼ ਨੂੰ ਦਿੱਤੀ ਜਾਏ ਥੈਰ ਇਜ਼ ਐਬਸੋਲੂਟਲੀ ਦ ਡਾਇਰੈਕਸ਼ਨ ਵੀ ਸ਼ੁੱਡ ਬੀ ਹੈਡਿੰਗ ਇਨ ਆਮ ਆਪ ਦੀ ਪ੍ਰੋਟੈਕਸ਼ਨ ਲਈ ਬਟ ਆਫ ਕੋਰਸ ਉਹਨ ਲੋਕਾਂ ਦੀ ਪ੍ਰੋਟੈਕਸ਼ਨ ਲਈ ਵੀ ਜਿਨ੍ਹਾਂ ਦੇ ਕੋਲ ਇਸ ਕੰਟਰੀ ਵਾਂਗੂ ਨਹੀਂ ਸਹੂਲਤਾ ਹੈਗੀਆਂ ਕੁਝ ਹੋਰ ਕਾਲਰਸ ਨਾਲ ਜੁੜੇ ਹਨ ਇਥੇ ਇੱਕ ਹੋਰ ਛੋਟੀ ਜੀ ਬ੍ਰੇਕ ਲਈ ਰੁਕ ਰਹੇ ਹਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ ब्रेक ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡੇ ਨਾਲ ਜੁੜੇ ਹਾਂ ਲਾਈਵ ਪ੍ਰੋਗਰਾਮ ਲੈ ਕੇ ਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਮੈਂ ਮਾਫੀ ਮੰਗਦੀ ਹਾਂ ਕਿ ਮੈਂ ਹਰ ਰੋਜ਼ ਲਾਈਵ ਨਹੀਂ ਤੁਹਾਡੇ ਨਾਲ ਜੁੜ ਸਕਦੀ ਆ ਕਦੀ ਕਿਵਾਰ ਜਦੋਂ ਸਾਡੇ ਗੈਸਟਸ ਖਾਸ ਕਰਕੇ ਜਦੋਂ ਇੰਡੀਆ ਤੋਂ ਜੁੜਦੇ ਆ ਉਹਨਾਂ ਦੀ ਕਨਵੀਨੀਅੰਸ ਲਈ ਸਾਨੂੰ ਟਾਈਮ ਅੱਗੇ ਪਿੱਛੇ ਕਰਨਾ ਪੈਂਦਾ ਰਿਕਾਰਡ ਕਰਨਾ ਪੈਂਦਾ ਆ ਬਟ ਆਮ ਸੋ ਗਲੈਡ ਕਿ ਤੁਸੀਂ ਅੱਜ ਸਾਰ ਨਾਲ ਜੁੜ ਕੇ ਆਪਣੇ ਵਿਚਾਰ ਰੱਖ ਰਹੇ ਹੋ ਮੈਂ ਇਸ ਅਖੀਰ ਦੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਐਕਸਾਈਟਿੰਗ ਨਿਊਜ਼ ਸ਼ੇਅਰ ਕਰਨਾ ਚਾਹੁੰਦੀ ਹਾਂ ਕੱਲ ਦੇ ਐਪੀਸੋਡ ਬਾਰੇ ਸੋ ਕੱਲ ਆਫਕੋਰਸ ਮੇ 6 ਤਰੀਕ ਨੂੰ ਆਪਾਂ ਇੱਕ ਸਪੈਸ਼ਲ ਐਪੀਸੋਡ ਪੇਸ਼ ਕਰ ਰਹੇ ਹਾਂ Shiv Kumar Batalvi ਦੀ ਯਾਦ ਦੇ ਵਿੱਚ ਤੇ ਉਸ ਐਪੀਸੋਡ ਦੇ ਵਿੱਚ ਸਾਨੂੰ ਗੈਸਟ ਦੇ ਤੌਰ ਤੇ ਕੱਲ ਜੁਆਇਨ ਕਰਨਗੇ ਹਮ surjit patar ji india ਤੋਂ ਆਈ ਐਮ ਵੈਰੀ ਐਕਸਾਈਟਿਡ ਮੈਨੂੰ ਆਪ ਨੂੰ ਮੌਕਾ ਮਿਲ ਰਿਹਾ ਉਹਨਾਂ ਨੂੰ ਇੰਟਰਵਿਊ ਕਰਨ ਦਾ ਤੇ ਮੈਂ ਤੁਹਾਡੇ ਨਾਲ ਇਹ ਖਬਰ ਸ਼ੇਅਰ ਕਰਨਾ ਚਾਹੁੰਦੀ ਸੀ बिकॉज़ अनफॉर्चूनेटली ਅਪਾ ਲਾਈਵ ਨਹੀਂ ਹੋਵਾਂਗੇ ਕੱਲ ਉਹਨਾਂ ਦੇ ਨਾਲ ਪ੍ਰੀ ਰਿਕਾਰਡ ਕਰ ਰਹੇ ਆ ਐਪੀਸੋਡ ਆਮ ਪਰ ਤੁਸੀਂ ਜ਼ਰੂਰ ਐਪੀਸੋਡ ਤੋਂ ਪਹਿਲੇ ਆਪਣੇ ਕਮੈਂਟਸ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕਿ ਮੈਂ ਅਗਰ ਤੁਸੀਂ ਚਾਹਦੇ ਕੋਈ ਸਪੈਸਿਫਿਕ ਹੋਣਾ ਤਾਂ ਕੁਐਸਚਨ ਪੁੱਛਾਂ ਕੋਈ ਕਮੈਂਟ ਕਰਵਾ ਜ਼ਰੂਰ ਤੁਸੀਂ ਕਾਲ ਕਰੋ ਹੁਣੇ ਮੈਨੂੰ ਦੱਸ ਦਿਓ ਤੇ ਜਦੋਂ ਆਪਾ ਰਿਕਾਰਡ ਕਰਾਂਗੇ ਮੈਂ ਤੁਹਾਡਾ ਮੈਸੇਜ ਉਨਾ ਤੱਕ ਪਹੁੰਚਾ ਦਾਂਗੀ ਤੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਉਸ ਚੀਜ਼ ਨੂੰ ਮੈਂਸ਼ਨ ਕਰਾਂਗੀ ਸੋ ਇਹ ਕੱਲ ਦਾ ਪ੍ਰੋਗਰਾਮ ਹੈ ਸੁਜੀਤ ਪਾਤਰ ਜੀ ਸਾਡੇ ਨਾਲ ਜੁੜ ਰਹੇ ਹਨ ਇੱਕ ਸਪੈਸ਼ਲ ਪ੍ਰੋਗਰਾਮ 'ਤੇ ਕੱਲ ਲੈ ਕੇ ਹਾਜ਼ਰ ਹੋਵਾਂਗੇ ਬਟ ਅੱਜ ਲਾਈਵ ਜੁੜੇ ਹੈ ਤੁਹਾਡੇ ਨਾਲ ਤੇ ਕਾਲਰਸ ਵੀ ਸਾਡੇ ਨਾਲ ਜੁੜ ਚੁੱਕੇ ਸੁਣ ਲਨਦੇ ਉਹਨਾਂ ਦੇ ਵਿਚਾਰ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਅਰ ਹੋ ਹਾਂਜੀ ਅਸ਼ਮਿਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੁਰਿੰਦਰ ਬੋਲਦੀ ਹੈ ਜੀ ਨਿਊਯਾਰਕ ਤੋਂ ਹਾਂਜੀ ਸੁਰਿੰਦਰ ਜੀ ਸੋ ਗੁੱਡ ਟੂ ਹਿਅਰ ਫਰਮ ਯੂ ਦਸੋ ਹਾਂਜੀ ਉਹ ਮੈਂ ਗੱਲ ਕਰਨੀ ਆ ਕੱਲ ਐਕਸਪਰਟ ਜਿਹੜੇ ਆਏ ਸੀ ਉਹ ਇੰਡੀਆ ਤੋਂ ਜੁੜੇ ਹੋਏ ਸੀ ਜਾਂ ਇੱਥੋਂ ਸੀਗੇ ਉਹ ਇੰਡੀਆ ਇੰਡੀਆ ਪੰਜਾਬ ਦੇ ਵਿੱਚ ਸੀਗੇ ਅੱਛਾ ਉਹ ਇਸ ਤਰ੍ਹਾਂ ਦੱਲ ਕਰਦੇ ਪਏ ਸੀ ਕਿ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਹੋਇਆ ਜਾਂ ਯੂਰਪ ਦੇ ਵਿੱਚ ਹੋਇਆ ਤੇ ਵੀ ਜਿਵੇਂ ਹੁਣ ਕਿਸਾਨਾਂ ਦੇ ਬਾਰੇ ਵੀ ਇੰਨੇ ਪਰਸੈਂਟ ਹੀ ਕਿਸਾਨ ਆ ਜਿਵੇਂ ਉਹਨਾਂ ਨੇ ਡੇਰੀ ਬਾਰੇ ਵੀ ਦੱਸਿਆ ਸੀਗਾ ਹਾਂਜੀ ਹਾਂਜੀ ਬਹੁਤ ਚੰਗਾ ਵੀ ਇਹ ਦੇ ਵਿੱਚ ਵੀ ਹੁਣ ਮੈਨੂੰ ਤੇ ਸਮਝ ਇਹ ਆਈ ਕਿ ਉਹ ਕਹਿੰਦੇ ਆ ਕਿ ਉਸੇ ਤਰ੍ਹਾਂ ਦਾ ਹੀ ਸਿਸਟਮ ਹੋਣਾ ਚਾਹੀਦਾ ਹੈ ਹੂੰ ਫੇਰ ਹੀ ਸਾਡੀ ਜਿਹੜੀ ਇਕਨੋਮੀ ਹੈ ਕੀ ਹੈ ਜਿਹੜੀ ਜਾਂ ਲੋਕਾਂ ਦੀ ਜਿਹੜੀ ਮਤਲਬ ਉਹਦੇ ਵਿੱਚ ਸੁਧਾਰ ਆ ਸਕਦਾ ਹੈਗਾ ਹੈ ਜੀ ਸੁਰਿੰਦਰ ਜੀ ਇਦਾਂ ਦੀ ਗੱਲ ਹੈ ਕਿ ਪੂਰੀ ਦੁਨੀਆ ਦਾ ਜੋ ਇਤਿਹਾਸ ਰਿਹਾ ਹੈ ਆਮ ਖਾਸ ਕਰਕੇ ਅਮਰੀਕਾ ਕੈਨੇਡਾ ਇਨ ਮੁਲਕਾਂ ਦਾ ਅਗਰਪ ਇਤਿਹਾਸ ਦੇਖੀਏ ਤੇ ਇੱਥੇ ਜੋ ਕਿਸਾਨਾਂ ਦੇ ਨਾਲ ਹੋਇਆ ਪੁਰਾਣੇ ਸਮੇਂ ਮਤਲਬ 100 ਸਾਲ ਪਹਿਲੇ 150 ਸਾਲ ਪਹਿਲੇ ਉਹ ਉਹੀ ਚੀਜ਼ ਹੈਗੀ ਜੋ ਇਸ ਵੇਲੇ ਇੰਡੀਆ 'ਚ ਹੋਣ ਜਾ ਰਹੀ ਹੈ ਬਟ ਆਈ ਥਿੰਕ ਜੋ ਦਵਿੰਦਰ ਸ਼ਰਮਾ ਜੀ ਸਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਜਾਂ ਤਾਂ ਆਪਾਂ ਸਾਡੇ ਕੋਲ ਦੋ ਰਾਹ ਹੈਗੇ ਇੱਥੇ ਜਾਂ ਤਾਂ ਆਪਾਂ ਇਨ ਬਾਕੀ ਮੁਲਕਾਂ ਦੇ ਰਾਹ ਤੇ ਚੱਲ ਕੇ ਸਾਡੇ ਕਿਸਾਨਾਂ ਦਾ ਵੀ ਉਹੀ ਹਾਲ ਹੋਏਗਾ ਜੋ ਇੱਥੇ ਦੇ ਕਿਸਾਨਾਂ ਦਾ ਹੋਇਆ ਜੋ ਇੰਨੀ ਕੋਈ ਚੰਗੀ ਹਾਲਾਤ ਨਹੀਂ ਹੈਗੀ ਜਾਂ ਦੂਜਾ ਜੋ ਆਪਸ਼ਨ ਹੈ ਦੂਜਾ ਜੋ ਰਾਹ ਹੈ ਜੋ ਹੁਣ ਸਾਡੇ ਕਿਸਾਨ ਮੋਚਿਚ ਬੈਠੇ ਹੋਏ ਅੰਦੋਲਨ ਜੀਵੀ ਹੈਗੇ ਉਨਾ ਕਰਕੇ ਸ਼ਾਇਦ ਆਮ ਇਸ ਚੀਜ਼ ਦੇ ਵਿੱਚ ਕੋਈ ਬਦਲਾਅ ਆਏ ਕਿ ਅਗਰ ਉਹਨਾਂ ਦੇ ਇਸ ਮੂਵਮੈਂਟ ਕਰਕੇ ਪੂਰੀ ਦੁਨੀਆ ਨੂੰ ਇੱਕ ਸਸਟੇਨੇਬਲ ਆਪਾਂ ਕੋਈ ਮਾਡਲ ਦਿਖਾ ਸਕਦੇ ਹਾਂ ਕਿ ਇਸ ਤਰ੍ਹਾਂ ਤੁਸੀਂ ਆਪਣੀ ਖੇਤੀ ਬਾੜੀ ਨੂੰ ਆਮ ਉਹ ਚੋਂ ਇੱਕ ਕਾਰੋਬਾਰਿਕ ਪ੍ਰੋਫਿਟੇਬਲ ਕਾਰੋਬਾਰ ਬਣਾ ਸਕਦੇ ਹੋ ਕਿ ਸ਼ਾਇਦ ਇਹ ਲਹਿਰ ਨੂੰ ਤੋੜ ਸਕਣ ਰਾਈਟ ਆਈ ਮੀਨ ਮੇਰੀ ਤਾਂ ਸਮਝ ਹੀ ਲੱਗੀ ਮੈਨੂੰ ਉਸ ਕਨਵਰਸੇਸ਼ਨ ਤੋਂ ਤੇ ਫਿਰ ਇਹ ਲੱਗਿਆ ਮੈਨੂੰ ਵੀ ਉੱਥੇ ਮਾਡਲ ਤੇ ਤੁਸੀਂ ਕੋਈ ਵੀ ਉਹ ਪਰ ਜਿਹੜੀਆਂ ਸਾਡੀਆਂ ਸਰਕਾਰਾਂ ਜਿਹੜੀ ਸਾਡੀ ਭ੍ਰਿਸ਼ਟਾਚਾਰ ਚਾਰ-ਚਾਰ ਸ਼ਵੇਰੇ ਫੈਲਿਆ ਵਾ ਉਹ ਤਾਂ ਆਪਣੇ ਆਪਣੇ ਮਤਲਬ ਦਿਮਾਗ ਦੇ ਨਾਲ ਚੱਲਦੇ ਆ ਆਪਣੇ ਨਾ ਪਾਰਟੀਆਂ ਦੇ ਦਿਮਾਗ ਦੇ ਨਾਲ ਚੱਲਦੇ ਆ ਉਹਨਾਂ ਨੂੰ ਇਹ ਤੇ ਅੱਜ ਤੱਕ ਸਰਕਾਰਾਂ ਨੂੰ ਕਿਤੇ ਹੋਇਆ ਹੀ ਨਹੀਂ ਨਾ ਵੀ ਅਸੀਂ ਲੋਕਾਂ ਦੇ ਚੁਣੇ ਹੋਏ ਆ ਅਸੀਂ ਲੋਕਾਂ ਦੀ ਈ ਹੱਲ ਪਿੱਛੇ ਬੈਠੇ ਆ ਇੱਥੇ ਲੋਕਾਂ ਦੀ ਆਵਾਜ਼ ਸੁਣਨ ਵਿੱਚੇ ਬੈਠੇ ਆ ਕਿਉਂਕਿ ਸਾਰੀਆਂ ਸਟੇਟਾਂ ਦੇ ਵਿੱਚ ਇੱਕੋ ਜਿਹਾ ਵਾਤਾਵਰਣ ਨਹੀਂ ਇੱਕੋ ਜਿਹਾ ਲੋੜਾਂ ਨਹੀਂ ਗਈਆਂ ਤੇ ਇੱਕੋ ਜਿਹਾ ਫੈਸਲੇ ਵੀ ਨਹੀਂ ਆ ਜੀ ਹਰ ਇੱਕ ਥਾਂ ਉੱਥੋਂ ਦੀ ਆਵਾਜ਼ ਸੁਣ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਸਹਿਮਤੀ ਦੇ ਨਾਲ ਤਾਂ ਤੁਸੀਂ ਕੁਝ ਵੀ ਕਰ ਸਕਦੇ ਆ ਪਰ ਇਸ ਤਰ੍ਹਾਂ ਦੀਆਂ ਸਰਕਾਰਾਂ ਸਾਡੀਆਂ ਜਿਹੜੀਆਂ ਪ੍ਰਕਾਸ਼ਾਹੀ ਕਰਦੀਆਂ ਏ ਉਹਨਾਂ ਦੇ ਹੁੰਦੇ ਹੋਏ ਅਸੀਂ ਜਿਹੜੇ ਉਦੋਂ ਕਿल्ले ਆ ਅਸੀਂ ਉਹ ਵੀ ਗਵਾ ਕੇ ਬਹਿ ਜੀਏ ਤੇ ਮਤਲਬ ਕਿਉਂਕਿ ਅਸੀਂ ਉੱਥੇ ਜੱਦੀ ਪੁਰਖਾਂ ਦੇ ਜੜੋਂ ਦੀ ਦੁਨੀਆ ਬਣੀ ਆ ਮੈਨੂੰ ਲੱਗਦਾ ਅਸੀਂ ਤਾਂ ਉੱਥੇ ਇੰਡੀਆ ਵਾਲੇ ਲੋਕ ਤਾਂ ਉੱਥੇ ਬੈਠਿਆ ਠੀਕ ਆ ਬਾਹਰੋਂ ਵੀ ਆਏ ਆ ਤੇ ਬਾਹਰ ਗਏ ਵੀ ਆ ਪਰ ਜ਼ਮੀਨਾਂ ਵਾਲੇ ਤਾਂ ਉੱਥੇ ਹੀ ਬੈਠੇ ਆ ਤੇ ਉਹਨਾਂ ਨੂੰ ਆਪਣਾ ਚੀਜ਼ ਛੱਡਣੀ ਬੜੀ ਔਖੀ ਲੱਗਦੀ ਹੈ ਇਹਨਾਂ ਛੱਡਣੀ ਵੀ ਨਹੀਂ ਚਾਹੀਦੀ ਉਹਨਾਂ ਨੂੰ ਸਰਿੰਦਰ ਜੀ ਛੱਡਣੀ ਵੀ ਨਹੀਂ ਚਾਹੀਦੀ ਬਿਕੋਜ਼ ਇਹ ਆਪਣਾ ਮਤਲਬ ਤੁਹਾਡਾ ਹੱਕ ਹੈ ਤੁਹਾਡੀ ਜ਼ਮੀਨ ਹੈ ਤੁਹਾਡੇ ਯੂ نو ਜਿੱਦਾਂ ਕਹਿੰਦੇ ਨਾ ਲਾਈਕ ਹੈਰਿਟੇਜ ਹੈਗੀ ਹੈ ਨਾ ਸੋਸ ਚੀਜ਼ ਨਾ ਪਰ ਤੁਹਾਡੀ ਇੱਕ ਪੁਆਇੰਟ ਮੈਨੂੰ ਬਹੁਤ ਵਧੀਆ ਲੱਗੇ ਥੈਂਕ ਯੂ ਸਰਿੰਦਰ ਜੀ ਮੈਂ ਇੱਥੇ ਤੁਹਾਡੀ ਕਾਲ ਕਟਰੀ ਤੁਹਾਡੇ ਇੱਕ ਪੁਆਇੰਟ ਬਹੁਤ ਮੈਨੂੰ ਵਧੀਆ ਲੱਗਿਆ ਕਿ ਇੱਕ ਪਾਸੇ ਤਾਂ ਤੁਹਾਡੇ ਐਕਸਪਰਟਸ ਹੈਗੇ ਜੋ ਤੁਹਾਨੂੰ ਦੱਸ ਰਹੇ ਹੈ ਕਿ ਇੱਕ ਮਾਡਲ ਐਗਜ਼ਿਸਟ ਕਰਦਾ ਜਿਸ ਤਰ੍ਹਾਂ ਦਵਿੰਦਰ ਸ਼ਰਮਾ ਜੀ ਨੇ ਸਾਨੂੰ ਦੱਸਿਆ ਹੈਗਾ ਇੱਕ ਚਾਰਾ ਜੇ ਚੋਂ ਤੁਸੀਂ ਐਗਰੀਕਲਚਰ ਨੂੰ ਤੁਹਾਨੂੰ ਅਮਰੀਕਾ ਕੈਨੇਡਾ ਵਾਂਗੂ ਰਾ ਤੇ ਨਹੀਂ ਤੁਰਨਾ ਪੈਂਦਾ ਇੱਕ ਚਾਰਾ ਹੈਗਾ ਜੇ ਚ ਤੁਸੀਂ ਇੰਨੇ ਵੱਡੇ ਕਿਸਾਨੀ ਤੁਸੀਂ ਕਹਿ ਲਓ ਐਗਰੀਕਲਚਰ ਇਕਨੋਮੀ ਨੂੰ ਸਹੀ ਤਰੀਕੇ ਤੇ ਲੈ ਕੇ ਆ ਸਕਦੇ ਹੋ ਬੜੇ ਇੱਕ ਪਾਸੇ ਐਕਸਪਰਟਸ ਤੇ ਦੂਜੇ ਪਾਸੇ ਸਰਕਾਰਾਂ ਤੇ ਰਾਜਨੀਤੀ ਤੇ ਉਹ ਦੋ ਚੀਜ਼ਾਂ ਦਾ ਕੋਈ ਮੇਲ ਨਹੀਂ ਹੈਗਾ ਇਸ ਵੇਲੇ ਇਸ ਕਰਕੇ ਸਾਰੀ ਇਸ਼ੂ ਸਾਨੂੰ ਵੇਖਣ ਨੂੰ ਮਿਲ ਰਿਹਾ ਹੈ ਸਸਿਕਲ ਤੁਸੀਂ ਔਨ 에ਰੋ ਸਸਿਕਲ ਜੀ ਮੈਂ ਡਾਕਟਰ ਰਾਉਂਡ ਬੋਲ ਰਿਹਾ ਹਾਂ ਸਸਿਕਲ ਡਾਕਟਰ ਸਰਾਉਂ ਲੌਂਗ ਟਾਈਮ ਨੋ ਟਾਕ ਗੁੱਡ ਟੂ ਹੈਵ ਯੂ ਇਨ ਦਾ ਪ੍ਰੋਗਰਾਮ ਦਸ ਸਸਿਕੀ ਕੈਨ ਆ ਚਾਹੋਗੇ ਅਮ ਸਮਝਾਜੀ ਮੇਜਰ ਕਨਸਰਨ ਤਾਂ ਜਿਹੜੇ ਇਸ ਵਕਤ ਹੈ ਪੈਨਡੈਮਿਕ ਪੈਂਡੈਮਿਕ ਚੱਲ ਰਿਹਾ ਹੈ ਨਾ ਇੰਡੀਆ ਦਾ ਜੀ ਜੀ ਇਸ ਕਲੀ ਆਊਟ ਆਫ ਕੰਟਰੋਲ ਐਬਸੋਲੂਟਲੀ ਉਹਦੇ ਦੋ ਰੀਜ਼ਨਸ ਨੇ ਇੱਕ ਤਾਂ ਉਹਦੀ ਅੰਡਰਸਟੈਂਡਿੰਗ ਨਹੀਂ ਹੈ ਲੋਕਾਂ ਨੂੰ ਐਜੂਕੇਸ਼ਨ ਨਹੀਂ ਹੈ ਹੂੰ ਇਹ ਦੂਸਰਾ ਇੱਕ ਹੋਰ ਵਾਇਰਸ ਆ ਉਹ ਕਹਿੰਦੇ ਪੋਲਿਟੀਕਲ ਵਾਇਰਸ ਯੈਪ ਇਸ देयर ਇਸ ਅਨੋ ਲੀਡਰ ਟੂ ਲੀਡ ਦਸ ਜਦੋਂ ਆ ਮੌਕਾ ਮਿਲਦਾ ਕਿ ਠੰਡ ਦਾ ਉਹ ਕਹਿੰਦੇ ਸਟੇਟਸ ਯੂ نو ਸਪੌਂਸਰ ਕਰਸਪੀਨ ਅਸਾੜਾ ਰਿਸਪੌਂਸਰ ਸਟੇਟ ਦੇ ਆਦਰਵਾਇਸ ਅਮ ਦੇ ਆਰ ਇਨ ਕੰਟਰੋਲ ਕਿ ਉਥੇ ਉਹ ਜਿਹੜੇ ਆਗਿਆਪ ਨੂੰ ਪਰ ਤੁਹਾਨੂੰ ਇਹ ਸਮਝ ਲਓਗੇ ਆ ਰਹੇ ਨੇ ਉਹਨੇ ਸਾਨੂੰ ਬੜੇ ਇੱਕ ਗੱਲ ਥਾ ਦੇ ਪਾਤਾ ਉਹਦਾ ਰੰਝ ਹੈਗਾ ਮੈਂ ਤਾਂ ਰੈਮਡੀਜ਼ ਪੋਜੀਟਿਵਲੀ ਥਿੰਕ ਕਰ ਰਿਹਾ ਹਾਂ ਜੀ ਅਨਾਜ ਹੈ ਜਿਹੜੇ ਕਿ ਸਕਸੈਸਫੁਲ ਕੰਟਰੀਜ਼ ਨੇ ਆਲਰੇਡੀ ਪ੍ਰੂਵ ਕਰ ਚੁੱਕੇ ਆ ਕਿ ਇਟਸ ਕੰਟਰੋਲੇਬਲ ਮੈਂ ਮਿਸਾਲ ਦੇ ਰਿਹਾ ਹਾਂ ਸਾਊਥ ਕੋਰੀਆ ਦੀ ਜੀ ਅ 600 ਕੰਟਰੀ ਸਟਡੀ ਕੀਤੀ ਹੈ ਕਰੋਜ਼ਲੀ ਨੇ ਇਹ ਤੇ ਬੁੱਕ ਵੀ ਲਿਖੀ ਹੈ ਬਾਏ ਦਾ ਵੇ ਬਹੁਤ ਟਾਈਮ ਨਹੀਂ ਆਪਣੇ ਕੋਲ ਮੈਂ ਇੱਕ ਵੈਬਸਾਈਟ ਦਾ ਨਾਮ ਹੈ ਨੋ ਜੀ preventionofcoronavirus.com ਜੀ ਇਦੇ ਉੱਤੇ ਜਾ ਕੇ ਸਾਰੀ ਇਨਫੋਰਮੇਸ਼ਨ ਨੰਬਰ 1 ਤੈ ਹੈ ਜੀ ਮੈਂ ਇੱਕ ਫਰੀਜ਼ ਦਵਲ ਕੀਤੀ ਆ ਲਾਕ ਅਪ ਦੀ ਵਾਇਰਸ ਲਾਕ ਅਪ ਦਾ ਵਾਇਰਸ ਇਹਨੂੰ ਤਾਲਾ ਲਾ ਕੇ ਬੰਦ ਕਰ ਦੋ ਮਤਲਬ ਹਾਂ ਉਹ ਕਿਸ ਤਰ੍ਹਾਂ ਇਨ ਦੀ ਫੇਸ ਮਾਸਕ ਆ ਫੇਸ ਮਾਸਕ ਉਹ ਪਲੇਸ ਟੂ ਇਨ ਚੈੱਕ ਇਟ ਇਨ ਸਾਈਡ ਹੈ ਗਈ ਆ ਯਾ ਤੇ ਉਸ ਨੂੰ ਬਾਹਰ ਨਾ ਜਾਣ ਦਿਓ ਇਹ 70% ਇਹਦੇ ਵਿੱਚ ਅਸ਼ੋਰੈਂਸ ਆ ਬਾਕੀ ਮੋਰਥਾ ਸਟਡੀ ਕਰਕੇ ਮੈਂ ਦੇਖਿਆ ਨੰਬਰ 1 ਨੰਬਰ 2

ਉਹ ਨੱਕ ਨੰਗਾ ਹੁੰਦਾ ਆਈ نو ਲੋਕੀ ਯੂ نو ਲਾਈਕ ਹੁੰਦਾ ਮੈਂ ਬੈ ਡਾਕਟਰ ਜੀ ਆਮ ਸੋ ਗਲੈਡ ਯੂ ਮੈਂਸ਼ਨ ਦੈਟ ਐਂਡ ਯੂ ਆਰ ਸੋ ਰਾਈਟ ਕਿ ਇਹ ਚੀਜ਼ ਪ੍ਰੀਵੈਂਸ਼ਨ ਦੇ ਨਾਲ ਹੀ ਕੰਟਰੋਲ ਹੋ ਸਕਦੀ ਹੈ ਕਿ ਆਫ ਕੋਰਸ ਇੱਕ ਪਾਸੇ ਟਰੀਟਮੈਂਟ ਵੈਕਸੀਨਸ ਉਹਨਾਂ ਚੀਜ਼ਾਂ ਦੀ ਲੌਂਗ ਟਰਮ ਉਹ ਸਾਡਾ ਸੋਲੂਸ਼ਨ ਹੈਗੇ ਬਟ ਸ਼ਾਰਟ ਟਰਮ ਦੇ ਵਿੱਚ ਮਾਸਕ ਪਾਉਂਨ ਇਟਸ ਸੋ ਫਨੀ ਆ ਮੀਨ ਫਨੀ ਤਨੀ ਮੈਂ ਕਵਾਂਗੀ ਕੋਈ ਇਹਦੇ ਵਿੱਚ ਹਸੀ ਮਜ਼ਾਕ ਦੀ ਗੱਲ ਨਹੀਂ ਹੈਗੀ ਬਿਲਕੁਲ ਬਟ ਹੁਣ ਮਤਲਬ ਲਾਈਕ ਲੋਕੀ ਲਾਈਕ ਜੋ ਮਾਸਕ ਪਾਉਣ ਦਾ ਤਰੀਕਾ ਹੈ ਤੁਹਾਡਾ ਯੂ ਨੋ ਬਾਹਰ ਨਿਕਲਿਆ ਹੋਇਆ ਜਾਂ ਤੁਹਾਡਾ ਮੂੰਹ ਨਿਕਲਿਆ ਹੈ ਮਾਸਕ ਤੁਸੀਂ ਆਪਣੀ ਚਿੰਤੇ ਥੱਲੇ ਥੋੜੀ ਨਾ ਲਾਣਾ ਆਪਣੇ ਸਿਰ ਦੇ ਉੱਤੇ ਚੁੰਨੀ ਇਤਰਾਥ ਥੋੜੀ ਨਾ ਲਾਣਾ ਮੂੰਹ ਤੇ ਨੱਕ ਨੂੰ ਢੱਕ ਕੇ ਮਾਸਕ ਲਗਾਓ ਯੂ ਨੋ ਇਵਨ ਯੂਨਾਈਟਿਡ ਸਟੇਟਸ ਦੇ ਵਿੱਚ ਜਿੱਥੇ ਹੁਣ ਵੈਕਸੀਨਸ ਲੱਗ ਚੁੱਕੀਆਂ ਲੋਕਾਂ ਨੂੰ ਤੁਹਾਨੂੰ ਨਹੀਂ ਪਤਾ ਤੁਸੀਂ ਜਿੱਥੇ ਜਾ ਰਹੇ ਹੋ ਉਥੇ ਕਿਹਨੂੰ ਵੈਕਸੀਨ ਲੱਗੀ ਹੈ ਕਿਹਨੂੰ ਨਹੀਂ ਲੱਗੀ ਉਹ ਬੰਦਾ ਆਇਆ ਕਿੱਥੋਂ ਹੈ ਭਾਵੇਂ ਉਹ ਇੰਡੀਆ ਤੋਂ ਹੀ ਆਇਆ ਹੋਏ ਭਾਵੇਂ ਉਹ ਦੂਜੇ ਵੈਰੀਐਂਟ ਨੂੰ ਲੈ ਕੇ ਆਏ ਹੋਏ ਤੁਹਾਨੂੰ ਕੀ ਪਤਾ ਤੁਸੀਂ ਆਪ ਦੇ ਬਚਾਵਲੇ ਤਾਂ ਮਾਸਕ ਪਾਓ ਤੇ ਇਨਸਿਸਟ ਕਰੋ ਜਿੱਥੇ ਤੁਸੀਂ ਜਾਂਦੇ ਹੋ ਉੱਥੇ ਵੀ ਲੋਕੀ ਮਾਸਕ ਪਾਉਣ ਜਦੋਂ ਤੁਸੀਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਰਹੇ ਹੋ ਆਮ ਬਟ ਐਟ தி ਐਂਡ ਆਫ ਦਿ ਡੇ ਸਾਡੇ ਕੋਲ ਇਸ ਮੁਲਕ ਦੇ ਵਿੱਚ ਬਹੁਤ ਮੈਂ ਕਵਾਂਗੀ ਕਿਰਪਾ ਹੈਗੀ ਵੱਡੀ ਰੱਬ ਦੀ ਕਿਰਪਾ ਹੈ ਕਿ ਸਾਨੂੰ ਇੱਥੇ ਵੈਕਸੀਨਸ ਕਿੰਨੀ ਤੇਜ਼ੀ ਨਾਲ ਮਿਲ ਰਹੀਆਂ ਅਵੇਲੇਬਿਲਟੀ ਹੈਗੀ ਉਹਨਾਂ ਦੀ ਅਮ ਤੁਸੀਂ ਜਾ ਕੇ ਲਵਾ ਸਕਦੇ ਹੋ ਸਭ ਤੋਂ ਪਹਿਲਾ ਸਟੈਪ ਤੁਹਾਨੂੰ ਉਹੀ ਕਰਨਾ ਚਾਹੀਦਾ ਹੈ ਨਾ ਇੱਕ ਬਾਰੀ ਫਿਰ ਆਈ نو ਕਿ ਮੈਂ ਇੱਕ ਬ੍ਰੋਕਨ ਰੈਕર્ડ ਦੀ ਤਰ੍ਹਾਂ ਸਾਊਂਡ ਕਰਦੀ ਆਂ ਬਟ ਇਹ ਸਾਡਾ ਫਰਜ਼ ਹੈ ਤੁਹਾਨੂੰ ਦੱਸਣਾ ਕਿ ਤੁਸੀਂ ਜ਼ਰੂਰ ਜ਼ਰੂਰ ਵੈਕਸੀਨ ਲਵਾਓ ਤੇ ਦੋਨੋਂ ਸ਼ਾਰਟ ਲਵਾਓ ਅਗਰ ਤੁਸੀਂ ਮਡਰਨਾ ਜਾਂ ਫਾਈਜ਼ਰ ਲਗਾਉਂਦੇ ਹੋ ਇਹ ਜான்ਸਨ ਐਂਡ ਜான்ਸਨ ਹੋਦਾ ਇੱਕ ਸ਼ਾਰਟ ਲਵਾਓ ਆਪਣੀ ਵੈਕਸੀਨ ਛੇਤੀ ਲਵਾ ਕੇ ਆਪਣੇ ਆਪ ਨੂੰ ਪ੍ਰੋਟੈਕਟ ਕਰੋ ਆਪਣੀ ਕਮਿਊਨਿਟੀ ਨੂੰ ਪ੍ਰੋਟੈਕਟ ਕਰੋ ਤੇ ਇਨ ਮੀਨ ਟਾਈਮ ਮਾਸਕ ਜ਼ਰੂਰ ਲਗਾਓ ਤੇ ਬਾਕੀ ਦਾ ਆਪਾਂ ਫਿਰ ਰੱਬ ਅੱਗੇ ਸਿਰਫ ਜਿਦਾ ਕਹਿੰਦੇ ਨਾ ਮਿਹਰ ਹੀ ਕਰ ਸਕਦੇ ਆ ਕਿ ਰੱਬ ਤੂੰ ਇੰਡੀਆ ਦਾ ਖਿਆਲ ਰੱਖ ਤੇ ਜੋ ਸਾਡੇ ਲੀਡਰਸ ਹਨ ਉਹਨਾਂ ਨੂੰ ਥੋੜੀ ਜੀ ਸੋਝੀ ਬਖਸ਼ ਤਾਂ ਕਿ ਉਹ ਵੀ ਲੋਕਾਂ ਦਾ ਖਿਆਲ ਰੱਖਣ ਸਹੀ ਡਿਸੀਜਨਸ ਲੈਣ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਮੈਂ ਇੱਕ ਵਾਰੀ ਫਿਰ ਤੁਹਾਨੂੰ ਜਾਣ ਜਾਣੇ ਦੱਸਣਾ ਚਾਹੁੰਦੀ ਹਾਂ ਕਿ ਕੱਲ ਦੇ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਸੁਰਜੀਤ ਪਾਤਰ ਜੀ ਸਾਡੇ ਨਾਲ ਜੁੜਨਗੇ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਦੇ ਵਿੱਚ ਕੁਝ ਆਪਾਂ ਗੱਲਾਂ ਕਰਾਂਗੇ ਤੁਸੀਂ ਵੀ ਜ਼ਰੂਰ ਜੁੜੋ ਅਨਫੋਰਚਨਟਲੀ ਉਹ ਪ੍ਰੋਗਰਾਮ ਲਾਈਵ ਨਹੀਂ ਹੋਏਗਾ ਬਿਕੋਜ਼ ਇੰਡੀਆ ਤੋਂ ਪਾਤਰ ਜੀ ਸਾਡੇ ਨਾਲ ਜੁੜ ਰਹੇ ਹਨ ਪਰ ਇਟਸ ਗੋਇੰ ਟੂ ਬੀ ਐਨ ਅਮੇਜ਼ਿੰਗ ਪ੍ਰੋਗਰਾਮ ਮੈਂ ਆਪ ਬਹੁਤ ਐਕਸਾਈਟਿਡ ਫੀਲ ਕਰ ਰਹੀ ਹਾਂ ਇਸ ਪ੍ਰੋਗਰਾਮ ਨੂੰ ਤੁਹਾਡੇ ਨਾਲ ਪੇਸ਼ ਕਰਨ ਲਈ ਸੋ ਮੈਂ ਚਾਹੁੰਦੀ ਤੁਸੀਂ ਜ਼ਰੂਰ ਜੁੜੋ ਤੇ ਆਪਣੇ ਕੁਐਸਚਨਸ ਕਮੈਂਟਸ ਆ ਨਾਲ ਤੁਸੀਂ ਰੱਖ ਸਕਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਂ ਉਦਾਂ ਵੀ ਕੋਈ ਵੀ ਤੁਸੀਂ ਸਾਡੇ ਲਈ ਕੁਐਸਚਨਸ ਕਮੈਂਟਸ ਰੱਖਨੇ ਆ ਤੇ ਸਾਨੂੰ ਲਿਖ ਸਕਦੇ ਹੋ info@justbroadcasting.com ashmita@justbroadcasting.com ਹੁਣ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ